ਜਾਤੇ ਕੀ ਯੰਗਸਟਰ ਗੱਲ ਕਰਦਾ ਨਾ ਉਹਦੀ ਆਵਾਜ਼ ਇੰਟਰਨੈਸ਼ਨਲੀ ਬੜੀ ਵੱਡੀ ਪਹੁੰਚਦੀ ਹੈ ਬੜਾ ਫਰਕ ਹੈ ਇੱਕ ਰਾਜਨੇਤਾ ਗੱਲ ਕਰੇ ਇੱਕ ਧਾਰਮਿਕ ਆਗੂ ਗੱਲ ਕਰੇ ਤੇ ਇੱਕ ਨੌਜਵਾਨ ਗੱਲ ਕਰੇ ਆਪਾਂ ਇਹ ਟਰੈਕਰ ਟੂ ਟਵਿੱਟਰ ਦੇਖਿਆ ਟਵਿੱਟਰ ਹੈਸ਼ਟੈਗਸ ਦੇਖੇ ਨੌਜਵਾਨਾਂ ਨੇ ਆਪਣੇ ਆਈਟੀ ਸੈੱਲ ਬਣਾਏ ਇਹ ਸਭ ਕੁਝ ਕਿੱਦਾਂ ਹੋਇਆ ਕਿ ਟਾਕਿੰਗ ਅਬਾਊਟ ਪੋਲਿਟਿਕਸ ਬੀਕਮ ਪੂਲ ਤੇ ਆਹੀ ਮੈਂ ਚਾਹਨਾ ਆਹੀ ਇਨੀਸ਼ੀਏਟਿਵਸ ਆਫ ਚੇਂਜ ਦੇ ਵਜੋਂ ਅਸੀਂ ਵੀ ਚਾਹੁੰਦੇ ਹਾਂ ਕਿ ਰਾਜਨੀਤੀ ਦੀ ਗੱਲ ਕਰਨਾ ਨੌਜਵਾਨ ਲਈ ਕੂਲ ਬਣੇ ਕੋਈ ਬੰਦਾ ਰਾਜਨੇਤਾ ਦੇ ਕੋਲ ਜਾ ਕੇ ਗੱਲ ਕਰ ਲੈਂਦਾ ਚਾਰ ਸਵਾਲ ਕਰ ਲੈਂਦਾ ਉਹਦੀ ਵੀਡੀਓ ਵਾਇਰਲ ਹੋ ਜਾਂਦੀ ਵੀ ਜੀ ਦੇਖੋ ਨਿੱਡਰ ਹੋ ਕੇ ਸਵਾਲ ਕੀਤੇ ਇਹ ਕੋਈ ਬੜੀ ਸੁਪਰ ਪਾਵਰ ਨਹੀਂ ਹੈ ਇਹ ਨਾਰਮਲੀ ਹੋਣਾ ਚਾਹੀਦਾ ਹੈ ਸਾਡੇ ਕੋਲ ਸਾਡੇ ਸਾਹਮਣੇ ਸਾਡਾ ਐਮਐਲਏ ਬੈਠਾ ਹੋਏ ਤੇ ਇੱਕ 15 ਸਾਲ ਦਾ 20 ਸਾਲ ਦਾ 22 ਸਾਲ ਦਾ ਨੌਜਵਾਨ ਵੀ ਉਹਨੂੰ ਪੁੱਛੇ ਵੀ ਆ ਲੈ ਆ ਤੈਨੂੰ ਸਰਵਿਸ ਲਈ ਕਿਹਾ ਸੀ ਕਿੱਥੇ ਹੈ ਹੂੰ ਰਾਜਨੀਤੀ ਨਹੀਂ ਸਾਡੇ ਧਾਰਮਿਕ ادارےਾਂ ਦੇ ਵਿੱਚ ਵੀ ਬੜਾ ਦੁੱਖ ਲੱਗਦਾ ਜਦ ਕੋਈ ਕੰਗਣਾ ਰਣੌਤ ਵਰਗਾ ਵੀ ਜੇ ਦਰਬਾਰ ਸਾਹਿਬ ਜਾਂਦਾ ਹੈ ਤੇ ਉਧਰ ਸਾਰਾ ਕੁਝ ਰੁਕ ਜਾਂਦਾ ਹੈ ਕੈਮਰੇ ਅੰਦਰ ਜਾ ਰਹੇ ਆ ਵੀਆਈਪੀ ਐਂਟਰੀਆਂ ਹੋ ਰਹੀਆਂ ਗੱਡੀ ਸਾਹਮਣੇ ਆ ਕੇ ਖੜ੍ਹਦੀ ਹੈ ਸਭ ਸਾਨੂੰ ਬਦਲਣਾ ਪਏਗਾ ਸਾਨੂੰ ਸਮਾਜ ਚ ਆਰੇ ਇਨਸਾਨ ਨੂੰ ਇਨਸਾਨ ਵਾਂਗੂ ਵੇਖਣਾ ਪਏਗਾ ਪਹਿਲੀ ਚੀਜ਼ ਮੈਂ ਸੋਸ਼ਲ ਮੀਡੀਆ ਤੇ ਦੇਖ ਕੇ ਹੈਰਾਨ ਆ ਕਿ ਅੱਜ ਤੱਕ ਮੈਂ ਪਿਛਲੇ 15 ਸਾਲਾਂ ਦੇ ਵਿੱਚ ਇੰਨੀ ਸੋਸ਼ਲ ਮੀਡੀਆ ਤੇ ਫੀਅਰਲੈਸਲੀ ਸੱਚ ਬੋਲਦੇ ਆ ਨੌਜਵਾਨਾਂ ਨੂੰ ਨਹੀਂ ਸੀ ਵੇਖਿਆ ਜਿੰਨਾ ਮੈਂ ਇਸ ਸਾਲ ਵੇਖ ਰਿਹਾ ਹੂੰ ਉਹਦਾ ਕਾਰਨ ਹੈ ਉਹਦਾ ਕਾਰਨ ਹੈ ਕਿ ਜਿੰਨਾ ਜਿੰਨਾ ਤੁਸੀਂ ਟ੍ਰਿਗਰ ਕਰੋਗੇ ਕਿਸੇ ਨੂੰ ਉਹ ਫਿਰ ਸਪਰਿੰਗ ਨੂੰ ਜਿੰਨਾ ਦਬਾਓਗੇ ਉਛਲੂਗਾ ਔਰ ਨਹੀਂ ਹਾਂ ਇਹ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਰਾਜਨੀਤੀ ਅੱਜ ਵੀ ਨੌਜਵਾਨ ਨੂੰ ਸੀਰੀਅਸਲੀ ਲੈ ਰਹੀ ਹੈ ਨੌਜਵਾਨਾਂ ਨੂੰ ਸੀਰੀਅਸਲੀ ਲਿਆ ਕੱਦ ਗਿਆ ਮੈਂ ਰਾਜਨੀਤੀ ਛੱਡੋ ਰਾਜਨੀਤੀ ਛੱਡ ਦੋ ਆਪਾਂ ਬਾਕੀ ਵੀ ادارے ਦੇਖੇ ਧਾਰਮਿਕ ادارے ਵੀ ਦੇਖ ਲਈਏ ਨੌਜਵਾਨਾਂ ਨੂੰ ਟੀਨੇਜਰ ਨੂੰ ਜ਼ਿੰਦਗੀ ਸੀਰੀਅਸਲੀ ਲਿਆ ਕੀਨੇ ਆ ਤੁਸੀਂ ਕਿਸਾਨ ਅੰਦੋਲਨ ਨੂੰ ਬਹੁਤ ਨੇੜੇੋਂ ਦੇਖਿਆ 6 ਮਹੀਨੇ ਤੋਂ ਉੱਥੇ ਬੈਠੇ ਹਾਂ ਸੇਵਾ ਕਰ ਰਹੇ ਹਾਂ ਇਸ ਪੂਰੇ ਸਿਸਟਮ ਚ ਕਦੇ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਸਾਨੂੰ ਤਾਂ ਸਵਾਲ ਵੀ ਨਹੀਂ ਕਰਨ ਦਿੱਤਾ ਜਾਂਦਾ ਅੱਜ ਪਤਾ ਉਹ ਕਿਉਂ ਸਾਨੂੰ ਦੱਬ ਰਿਹਾ ਹੈ ਉਹ ਸਾਨੂੰ ਐਸੇ ਲਈ ਦੱਬ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਦੀ ਗਿਣਤੀ ਘਟਾ ਦੱਬ ਲਾਂਗੇ ਕਿਸੇ ਨੇ ਵਿਰੋਧ ਨਹੀਂ ਕਰਨਾ ਮਨ ਲਓ ਜੇ ਅੱਜ 1000 2000 ਲੱਖ 10 ਲੱਖ ਵੀ ਆ ਸੀ ਅੱਜ 10 ਲੱਖ ਵੀ ਆ ਮੰਨ ਲਓ 1 ਕਰੋੜ ਵੀ ਆ ਜਿੱਦ ਦਿਨ ਸਾਡੇ ਚੋਂ ਇੱਕ ਤੇ ਸਵਾਲ ਚੁੱਕਿਆ ਜਾਂਦਾ ਹੈ ਬਾਕੀ ਡਰ ਕੇ ਘਰੇ ਬਹਿ ਜਾਂਦੇ ਅਸੀਂ ਕਹਿੰਦੇ ਆ ਵੀ ਜਾਂ ਤਾਂ ਰਾਜਨੀਤੀ ਚ ਜਾਂ ਤਾਂ ਘਰੇ ਬਹਿ ਗੱਲਾਂ ਨਾ ਕਰ ਇਹ ਗਲਤ ਆ ਗੱਲਾਂ ਕਰਨੀਆਂ ਪੈਣਗੀਆਂ ਗੱਲ ਕਰਾਂਗੇ ਤਾਂ ਗੱਲ ਬਣੇਗੀ ਯੰਗਸਟਰਸ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਉਸ ਨੌਜਵਾਨ ਦੇ ਨਾਲ ਮੁਲਾਕਾਤ ਕਰਾਉਂਗਾ ਜਿਸ ਨੇ ਬਹੁਤ ਛੋਟੀ ਉਮਰ ਤੋਂ ਸਮਾਜ ਸੇਵਾ ਦੇ ਵਿੱਚ ਆਪਣਾ ਪੈਰ ਰੱਖਿਆ ਆਮ ਤੌਰ ਤੇ ਅੱਜ ਕੱਲ ਸਮਾਜ ਸੇਵੀਆਂ ਨੂੰ ਕੋਈ ਬਹੁਤ ਹੀ ਚੰਗੀ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਪਰ ਰੂਟੀਨ ਜੋ ਹੋ ਰਿਹਾ ਉਸ ਤੋਂ ਹਟ ਕੇ ਕੁਝ ਵੱਖਰਾ ਕੀਤਾ ਪੈਸਾ ਇਕੱਠਾ ਕਰਨ ਵਾਲੀ ਐਨ ਜੀਓ ਨਹੀਂ ਬਣਾਈ ਔਰ ਸਮਾਜ 'ਚ ਇੰਪੈਕਟ ਪਾਉਣ ਵਾਲੇ ਕੰਮ ਕੀਤੇ ਨਾਲ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਜੋੜਿਆ ਫਿਰ ਕਾਲਜ ਦੇ ਵਿਦਿਆਰਥੀਆਂ ਨੂੰ ਜੋੜਿਆ ਘੱਟ ਹੋਇਆ ਕਿ ਸਕੂਲੀ ਵਿਦਿਆਰਥੀਆਂ ਨੂੰ ਨਾਲ ਜੋੜ ਕੇ ਤੁਸੀਂ ਸੋਸਾਇਟੀ 'ਚ ਇੰਪੈਕਟ ਪਾਓ ਕਿਉਂਕਿ ਮਾਪਿਓ ਜਿਹੜੇ ਐ ਇਸ ਉਮਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਬਾਹਰ ਕੱਲਿਆਂ ਨਹੀਂ ਭੇਜਦੇ ਜਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਨਹੀਂ ਭੇਜਦੇ ਜਿਸ ਤਰ੍ਹਾਂ ਇਸ ਨੌਜਵਾਨ ਨੇ ਕੀਤਾ ਇਨੀਸ਼ੀਏਟਰਸ ਆਫ ਚੇਂਜ ਨਾਮ ਦੀ ਸੰਸਥਾ ਬਣਾ ਕੇ ਅੱਜ ਵੀ ਨਿਰੰਤਰ ਚਾਹੇ ਕਿਸਾਨ ਅੰਦੋਲਨ ਹੋਵੇ ਤੇ ਚਾਹੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਵੋਟਾਂ ਪ੍ਰਤੀ ਵੋਟ ਪਾਉਣ ਦੇ ਹੱਕ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਮੁਹਿੰਮਾਂ ਹੋਣ ਭਾਵੇਂ ਜਦੋਂ ਮੁਬਸ਼ਰ ਬਿਲਾਲ ਨੂੰ ਪਾਕਿਸਤਾਨ ਭੇਜਣਾ ਸੀ ਵਾਪਸ ਉਹ ਜੇ ਸਮਾਜ ਦੇ ਵਿੱਚ ਇੰਪੈਕਟ ਪਾਉਣ ਵਾਲੇ ਮੌਕਿਆਂ ਤੇ ਆਪਣਾ ਸਾਥ ਦਿੱਤਾ ਹੋਵੇ ਅੱਜ ਗੱਲਬਾਤ ਕਰਾਂਗੇ ਗੌਰਵਦੀਪ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਗੌਰਵ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਕੂਲ ਦੇ ਜਦੋਂ ਵਿਦਿਆਰਥੀਆਂ ਦੀ ਮੈਂ ਗੱਲ ਕੀਤੀ ਅਕਸਰ ਹੁੰਦਾ ਹੈ ਕਿ ਮਾਪਿਓ ਕਿਉਂਕਿ 10ਵੀਂ ਤੋਂ ਘੱਟ ਜਾਂ 12ਵੀਂ ਤੋਂ ਘੱਟ 18 ਸਾਲ ਤੋਂ ਉਮਰ ਦੇ ਘੱਟ ਦੇ ਬੱਚਿਆਂ ਦੇ ਨਾਲ ਡੀਲ ਕਰਨਾ ਜਾਂ ਫਿਰ ਕਦੇ ਉਹਨਾਂ ਨੂੰ ਮੁਖ ਧਾਰਾ ਦੇ ਵਿੱਚ ਲੈ ਕੇ ਜਾਣਾ ਚੈਲੈਂਜਿੰਗ ਨਹੀਂ ਹੁੰਦਾ ਕਿਉਂਕਿ ਕੁੜੀਆਂ ਖਾਸ ਤੌਰ ਤੇ ਸਾਡੀ ਸੋਸਾਇਟੀ 'ਚ ਇੱਕ ਡਰ ਦਾ ਮਾਹੌਲ ਬਣਿਆ ਰਹਿੰਦਾ ਮੈਂ ਬੜੀ ਕਮਾਲ ਦੀ ਇੱਕ ਚੀਜ਼ ਨੋਟਿਸ ਕੀਤੀ ਹੈ ਹਮੇਸ਼ਾ ਤੋਂ ਇਹ ਹੈਗੀ ਹੈ ਕਿ ਦੇਖੋ ਅਸੀਂ ਚਾਹੀਏ ਭਾਵੇਂ ਨਾ ਨੌਜਵਾਨ ਜਦ 15-16 ਸਾਲ ਦੀ ਉਮਰ 'ਚ ਆਣਾ ਉਹਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਉਹਨੇ ਆਪਣੇ ਘਰਦਿਆਂ ਤੋਂ ਛੁਪ ਕੇ ਪਾਰਟੀਆਂ ਨੂੰ ਵੀ ਜਾਣ ਦੀ ਕੋਸ਼ਿਸ਼ ਕਰਨੀ ਹੈ ਉਹਨੇ ਦੋਸਤਾਂ ਨਾਲ ਬਹਿਣ ਦੀ ਵੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇੱਕ ਏਜ ਐਦਾ ਦੀ ਹੁੰਦੀ ਹੈ ਜਦ ਤੁਹਾਡੇ ਕੋਲ ਬਹੁਤ ਸਾਰੀ એનર્ਜੀ ਹੁੰਦੀ ਹੈ ਤੇ ਬਹੁਤ ਸਾਰੇ ਆਪਣੇ ਵੀ ਜਦ ਟੀਨੇਜ ਵੇਲੇ ਦੇਖਿਆ ਕਿ ਸਾਰੇ ਹੀ ਮੁੰਡੇ ਐਦਾ ਹੀ ਤੁਰੇ ਫਿਰਦੇ ਕੋਈ ਕੰਮ ਕਰਨ ਨੂੰ ਲੱਭਦਾ ਨਹੀਂ ਤਾਂ ਇਹ ਦੇਖਿਆ ਕਿ એનર્ਜੀ ਬਹੁਤ ਹੈ ਆਪਾਂ ਬਾਰ ਬਾਰ ਕਹਿੰਦੇ ਜੀ એનર્ਜੀ ਚੈਨਲਾਈਜ਼ ਕਰ ਲੋ એનર્ਜੀ ਚੈਨਲਾਈਜ਼ ਕਰ ਲੋ ਹੁਣ ਉਹੀ ਚੀਜ਼ ਨੂੰ ਜਦ ਆਪਾਂ ਇੱਕ ਸਟਰਕਚਰ ਦੇ ਦਾਂਗੇ ਸੋ ਇਨੀਸ਼ੀਅਲੀ ਇੰਟੈਂਸ਼ਨ ਇਹ ਹੀ ਸੀਗੀ ਕਿ ਇੱਕ ਪਲੇਟਫਾਰਮ ਕ੍ਰੀਏਟ ਕੀਤਾ ਜਾਏ ਜਿੱਥੇ ਆ 16 ਤੋਂ 22 ਸਾਲ ਦੀ ਜਿਹੜੀ ਇਨੂੰ ਸਾਂਭੇ ਇਹਨੂੰ ਤਾਂ ਹਾਲਾਕੀ ਅੱਜ ਦਾ ਸਮਾਜ ਨੌਜਵਾਨ ਗਿਣਦਾ ਹੀ ਨਹੀਂ ਬੱਚਾ ਹੀ ਕਹਿੰਦਾ ਅਸੀਂ ਇਹੀ ਕਹਿੰਨੇ ਆ ਵੀ ਆ ਤਾਂ ਬੱਚੇ ਆ ਨੌਜਵਾਨ ਤਾਂ 25 ਤੋਂ 25 ਤੋਂ 30 ਦੇ ਵਿੱਚ ਅਸੀਂ ਗਿਣਦੇ ਆ ਵੀ ਆ ਨੌਜਵਾਨ ਹੈ ਜੋ ਸਮਾਜ ਦੇ ਵਿੱਚ ਕੋਈ ਕੰਮ ਕਰਦਾ ਪਰ ਉਦੋਂ ਜੋਬਾਂ ਲੱਗ ਜਾਂਦੀ ਹੈ ਉਦੋਂ ਕੰਮ 'ਚ ਪੈ ਜੀਦਾ ਉਦੋਂ ਹੋਰ ਸੋਚ ਮੇਲੇ ਹੁੰਦੇ ਆਪਣਾ ਕੈਰੀਅਰ ਬਣਾਉਣ ਦੇ ਵਿਆਹ ਕਰਾਉਣ ਦੇ ਸੋ ਚੀਜ਼ਾਂ ਉਦੋਂ ਉਨੀ ਐਨਰਜੀ ਸਮਾਜ ਪ੍ਰਤੀ ਯੂਟਿਲਾਈਜ਼ ਨਹੀਂ ਹੋ ਸਕਦੀ ਜਿਹੜੀ 16 ਤੋਂ 22 ਸਾਲ ਦੀ ਹੋ ਸਕਦੀ ਹੈ ਤਾਂ ਇਹ ਸੋਚ ਕੇ ਕੰਮ ਕਰਨ ਦੀ ਜਿਹੜੀ ਰੱਖਿਆ ਕਿ ਸ এজ ਗਰੁੱਪ ਨਾਲ ਅੱਜ ਤੱਕ ਕੰਮ ਕਰਨ ਵਾਲੇ ਸੰਸਥਾਵਾਂ ਜਾਂ ਲੋਕ ਬਹੁਤ ਘੱਟ ਲੱਭੇ ਆ ਤੇ ਇਹਨਾਂ ਤੇ ਬਹੁਤਾ ਧਿਆਨ ਵੀ ਨਹੀਂ ਦਿੱਤਾ ਜਾਂਦਾ ਫਿਰ ਅਸੀਂ ਕਹਿੰਨੇ ਆ ਬੱਚਾ ਖਰਾਬ ਹੋ ਗਿਆ ਜੇ ਇਹੀ ਪਲੇਟਫਾਰਮ ਨੂੰ ਦੇਖ ਕੇ ਆਪਾਂ ਯੂਜ਼ ਕਰ ਲਈਏ ਇਹਨਾਂ ਨੂੰ ਇਹਨਾਂ ਨੂੰ ਸਮਾਜ ਵਾਲੇ ਪਾਸੇ ਲਾ ਦਈਏ ਤਾਂ ਨਾ ਸਿਰਫ ਸਮਾਜ ਦਾ ਫਾਇਦਾ ਹੈ ਯੰਗਸਟਰ ਦੀ ਪਰਸਨਲ ਉਸਾਰੀ ਬਹੁਤ ਵਧੀਆ ਵਧੀਆ ਹੁੰਦੀ ਆ ਜੇ ਮੈਂ 17 18 ਸਾਲ ਦੀ ਉਮਰ 'ਚ ਸੰਸਥਾ ਬਣਾ ਲਈ ਤੇ 23 24 ਸਾਲ ਦੀ ਉਮਰ ਤੱਕ ਸਟੈਬਲਿਸ਼ ਕਰ ਲਿਆ ਸੰਸਥਾ ਨੂੰ ਤਾਂ ਉਹਦੇ 'ਚ ਜਿਹੜੀ ਮੇਰੀ ਪਰਸਨਲ ਉਸਾਰੀ ਹੋਈ ਆ ਮੇਰੀ ਪਰਸਨਲ ਪਰਸਨੈਲਿਟੀ ਡਿਵੈਲਪ ਹੋਈ ਕਿਉਂਕਿ ਸਕੂਲ ਦੇ ਵਿੱਚ ਤਾਂ ਸਾਰੇ ਨੋਰਮਲ ਚੀਜ਼ਾਂ ਜੋ ਕਰਦੇ ਆ ਰਹੇ ਪਰ ਮੈਨੂੰ ਇਹ ਦੱਸੋ ਕਿ ਹੁਣ ਦੀ ਜਿਹੜੀ ਧਾਰਨਾ ਬਣੀ ਹੈ ਉਹ ਇਹ ਹੈ ਕਿ ਸਾਡਾ ਯੰਗਸਟਰ ਜਾਂ ਤਾਂ ਪਬਜੀ ਤੋਂ ਬਾਹਰ ਨਹੀਂ ਆ ਰਿਹਾ ਸੀ ਟਿਕਟੋਕ ਬੈਨ ਹੋ ਗਈ ਤਾਂ ਮਾਪਿਆਂ ਨੇ ਸ਼ੁਕਰ ਮਨਾ ਲਿਆ ਜਾਂ ਕਿਹਾ ਜਾਂਦਾ ਹੈ ਕਿ ਕਰਨ ਔਜਲੇ ਤੇ ਸਿੱਧੂ ਮੂਸੇ ਵਾਲੇ ਦੀ ਲੜਾਈ ਤੋਂ ਉਨੋਂ ਬਾਹਰ ਦਿਸਦਾ ਕੁਝ ਨਹੀਂ ਪਿਆ ਪ੍ਰੈਕਟੀਕਲ ਸਿਚੁਏਸ਼ਨ ਕੀ ਹੈ ਗਰਾਊਂਡ ਦੀ ਸਿਚੁਏਸ਼ਨ ਕੀ ਹੈ ਗਰਾਊਂਡ ਦੀ ਸਿਚੁਏਸ਼ਨ ਹੈ ਜੀ ਕਿ ਯੰਗਸਟਰ ਟ੍ਰੈਂਡ ਫਾਲੋ ਕਰਦਾ ਜਿਹੜਾ ਮਰਜ਼ੀ ਬਣਾ ਲਓ ਇਨਸਟਾਗ੍ਰਾਮ ਦੇ ਸਨੈਪਚੈਟ ਦੇ ਟ੍ਰੈਂਡ ਫਾਲੋ ਕਰਨੇ ਨੌਜਵਾਨਾਂ ਨੇ ਜਿਹੜਾ ਮਰਜ਼ੀ ਬਣਾ ਲਓ ਤੇ ਬੜੀ ਇਹਨੂੰ ਆਪਾਂ ਇਹਨੂੰ ਪੋਜ਼ਿਟਿਵ ਵੇ ਨਾਲ ਦੇਖੀਏ ਇਹਨੂੰ ਆਪਾਂ ਇਦਾਂ ਵੇਖੀਏ ਕਿ ਆਹ ਟ੍ਰੈਂਡ ਨੂੰ ਬਣਾ ਕੇ ਕਿਵੇਂ ਹੁਣ ਕੋਵਿਡ ਦੀ ਇੱਕ ਐਗਜ਼ਾਮਪਲ ਲੈ ਲਈਏ ਆਪਾਂ ਕੋਵਿਡ ਦਾ ਰਿਲੀਫ ਸਿਸਟਮ ਇੱਕ ਐਗਜ਼ਾਮਪਲ ਲੈ ਲਈਏ ਕਿ ਜਦ ਸਾਰੇ ਦੇਸ਼ ਦੀ ਹੈਲਥ ਸਿਸਟਮ ਫੇਲ ਹੋ ਗਈ ਜਦ ਐਡਮਿਨਿਸਟ੍ਰੇਸ਼ਨਾਂ ਨੇ ਫੋਨ ਚੁੱਕਣੇ ਬੰਦ ਕਰਤੇ ਉਸ ਵੇਲੇ ਨੌਜਵਾਨਾਂ ਨੇ ਆਪਣੀਆਂ ਫੇਸਬੁੱਕ ਇੰਸਟਾਗ੍ਰam ਆਈਡੀਆਂ ਤੇ ਪੇਸ਼ੈਂਟ ਦੀ ਹੈਲਪਲਾਈਨ ਸ਼ੁਰੂ ਕੀਤੀਆਂ ਕਿੰਨੇ ਨੌਜਵਾਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਕੋਵਿਡ ਦੀਆਂ ਰਿਸੋਰਸੇਸ ਪਾਣੀਆਂ ਸ਼ੁਰੂ ਕੀਤੀਆਂ ਵੀ ਸਿਲੰਡਰ ਇੱਥੋਂ ਲੈ ਲਓ ਟੀਕਾ ਇੱਥੋਂ ਲੈ ਲਓ ਕਾਲ ਕਰ ਕਰਕੇ ਦਿਨ ਦੇ ਹਜ਼ਾਰਾਂ ਹਜ਼ਾਰਾਂ ਫੋਨ ਨੌਜਵਾਨਾਂ ਨੇ ਕੀਤੇ ਆ ਜੋ ਅੱਜ ਮੀਡੀਆ ਤੱਕ ਰੈਕਗਨਾਈਜ਼ ਵੀ ਨਹੀਂ ਹੋਇਆ ਇਹ ਇੰਸਟਾਗ੍ਰਾਮ ਤੇ ਹੋਇਆ ਇੰਸਟਾਗ੍ਰਾਮ ਤੇ ਹੋਇਆ ਔਰ ਇਹ ਸਕੂਲ ਦੇ ਬੱਚਿਆਂ ਨੇ ਵੀ ਕੀਤਾ ਇਹ ਸਕੂਲਾਂ ਦੇ 7ਵੀਂ 8ਵੀਂ ਦੇ ਬੱਚੇ ਜਿਨ੍ਹਾਂ ਦੀ ਇੰਸਟਾਗ੍ਰਾਮ ਆਈਡੈਂਟੀਟੀ ਹੈ ਜਿਨ੍ਹਾਂ ਦਾ 100-100 ਫਾਲੋਅਰ ਵੀ ਹੈ ਉਹਨਾਂ ਨੇ ਇੰਸਟਾਗ੍ਰਾਮ ਤੇ ਸਟੋਰੀਆਂ ਪਾ ਕੇ ਵੀ ਆਹ ਪੇਸ਼ੈਂਟ ਨੂੰ ਇੱਥੇ ਬੈੱਡ ਚਾਹੀਦਾ ਸਾਰੇ ਦੋਸਤਾਂ ਯਾਰਾਂ ਨੂੰ ਸ਼ੇਅਰ ਕਰਾ ਕੇ ਇਦਾਂ ਦੇ ਕਿੰਨੇ ਪੇਜ ਮੈਂ ਨਾਮ ਲੈ ਸਕਦਾ ਕਿੰਨੇ ਹੀ ਇਦਾਂ ਦੇ ਪੇਜ ਇੱਕ ਪੰਜਾਬ ਕਲੱਬ ਪੇਜ ਦੇਖਿਆ ਇੱਕ ਵੀਰ ਛੋਟਾ ਜਿਹਾ ਕਾਲਜ ਪੜ੍ਹਦਾ ਮੁੰਡਾ ਉਹਨੇ ਆਪਣੇ ਦੋਸਤਾਂ ਯਾਰਾਂ ਨੂੰ ਨਾਲ ਲੈ ਕੇ ਇਹ ਕੰਮ ਸ਼ੁਰੂ ਕੀਤਾ ਕੋਵਿਡ ਰਿਸੋਰਸਸ ਆ ਦੇਖਦੇ ਦੇਖਦੇ ਅੱਜ ਉਹਨੇ 40 ਬੈਡਾਂ ਦਾ ਹਸਪਤਾਲ ਨਾਲ ਖੜਾ ਕਰਤਾ ਇਦਾਂ ਦੇ ਇਦਾਂ ਦੇ ਕਿੰਨੇ ਹੀ ਨੌਜਵਾਨ ਕਿੰਨੇ ਹੀ ਨੌਜਵਾਨ ਸਾਡੀ ਟੀਮ ਦੇ 200 ਬੱਚੇ ਕੋਵਿਡ ਹੈਲਪਲਾਈਨ ਚਲਾ ਕੇ ਬੈਠੇ ਰਹੇ ਪਿਛਲੇ ਡੇਢ ਮਹੀਨਾ ਸਿਰਫ ਇੰਸਟਾਗ੍ਰam ਤੇ ਤੁਹਾਡੀ ਟੀਮ ਚ ਸਭ ਤੋਂ ਛੋਟੀ ਉਮਰ ਦਾ ਕੌਣ ਹੈ 13 ਸਾਲ ਦਾ ਮੁੰਡਾ 13 ਸਾਲ ਦਾ 13 ਸਾਲ ਦਾ ਔਰ ਉਹ ਕੀ ਕੰਟਰੀਬਿਊਟ ਕਰਦਾ ਹੈ 13 ਸਾਲ ਦਾ ਮੁੰਡਾ ਹੈ ਸੂਰਿਆ ਨਾਮ ਹੈ ਉਹਦਾ ਜੀ ਉਹ ਕੋਵਿਡ ਰੀਲੀਫ ਵੇਲੇ ਉਸ ਤੋਂ ਪਹਿਲਾਂ ਜਦ ਪੰਜਾਬ ਦੇ ਉਹ ਨੌਜਵਾਨ ਲੱਗੇ ਕਿਸਾਨੀ ਅੰਦੋਲਨ ਦੇ ਵਿੱਚ ਉਹਨੇ ਰੀਸੈਂਟਲੀ ਜੁਆਇਨ ਕੀਤਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਮਾਨ ਜਿੰਨਾ ਇਕੱਠਾ ਕਰਕੇ ਭੇਜਣਾ ਉਹਨੇ ਜ਼ਿੰਮੇਵਾਰੀ ਚੱਕੀ ਅੱਛਾ ਉਸ ਤੋਂ ਪਹਿਲਾਂ ਇੱਕ ਹਮਾਰੇ ਮਨ ਕੀ ਬਾਤ ਸੁਣੋ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਸ਼ੁਰੂ ਕੀਤੀਆਂ ਉਹਨੇ ਸ਼ਰਾਬਾ ਨਗਰ ਮਾਰਕੀਟ 'ਚ ਖੜ ਖੜ ਕੇ ਚਿੱਠੀਆਂ ਭਰਵਾਈਆਂ ਤੇ ਪ੍ਰਧਾਨ ਮੰਤਰੀ ਨੂੰ ਗੱਲ ਦੀ ਆਪਣੇ ਮਨ ਦੀ ਗੱਲ ਭੇਜਣ ਨੌਜਵਾਨ ਬੱਚੇ ਨੇ ਬੱਚੇ ਨੇ 13 ਸਾਲ ਦੇ ਨੌਜਵ ਹੁਣ ਦੱਸੋ ਕਿ ਸੋਚ ਦੀ ਗੱਲ ਹੈ ਕਿ ਤੁਸੀਂ ਬੱਚਾ ਕਹੋਗੇ ਕਿ ਨੌਜਵਾਨ ਕਹੋਗੇ ਕੋਈ 28 ਸਾਲ 30 ਸਾਲ ਚ ਜਾ ਕੇ ਵੀ ਨਹੀਂ ਸਮਝਿਆ ਕੋਈ 13 ਸਾਲ ਦੀ ਉਮਰ ਚ ਸਮਝ ਰਿਹਾ ਪਰ ਜਦੋਂ ਇਹਨਾਂ ਨੂੰ ਇਕੱਠੇ ਕਰਦੇ ਹਾਂ ਤੁਸੀਂ ਇੱਕ ਚੈਲੰਜ ਨਹੀਂ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ એનર્ਜੀ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਕਿਸਾਨ ਅੰਦੋਲਨ ਚੇ ਤਸਵੀਰ ਬਦਲੀ ਕੋਵਿਡ ਚ ਤੁਸੀਂ ਕਹਿ ਰਹੇ ਹੋ ਕਿ ਕਮਾਲ ਦੀ ਤਸਵੀਰ ਬਦਲ ਗਈ ਕਿ ਜੇ ਕਰਨ ਔਜਲਾ ਸਿੱਧੂ ਮੂਸੇਵਾਲਾ ਟਰੈਂਡ ਕਰ ਰਹੇ ਸੀ ਉਧਰ ਜਾ ਰਹੇ ਸੀ ਤੇ ਜੇ ਕਿਸਾਨਾਂ ਲਈ ਖੜਨਾ ਪੈ ਗਿਆ ਤਾਂ ਉਧਰ ਨੂੰ ਟਰੈਂਡ ਕਰਨਾ ਉਹਨਾਂ ਨੇ ਸ਼ੁਰੂ ਕਰਤਾ ਇਦੇ ਲਈ ਫਿਰ ਜ਼ਿੰਮੇਵਾਰੀ ਕੌਣ ਤੈਅ ਕਰੇ ਕਿ ਕਿ ਕਿਸ ਪਾਸੇ ਲੈ ਕੇ ਜਾਣਾ ਹੈ ਦੇਖੋ ਇਹ ਪ੍ਰੈਕਟਿਸ 'ਚ ਲਿਆਉਣਾ ਪਏਗਾ ਇਹ ਸਾਨੂੰ ਸਮਾਜ ਦੀਆਂ ਪ੍ਰੈਕਟਿਸੇਸ ਬਦਲਣੀਆਂ ਪੈਣਗੀਆਂ ਬਹੁਤ ਚੀਜ਼ਾਂ ਜੋ ਸਾਨੂੰ ਕੰਟੀਨਿਊਟੀ 'ਚ ਲਿਆਉਣੀਆਂ ਪੈਣਗੀਆਂ ਕਿਉਂਕਿ ਜਿਹੜੀ ਗਲਤ ਚੀਜ਼ਾਂ ਜਾਂ ਗਲਤ ਵੀ ਨਹੀਂ ਮੈਂ ਕਹਿੰਦਾ ਵੀ ਜਿਹੜੇ ਵਿਲੇ ਕੰਮ ਆ ਉਹ ਪ੍ਰੈਕਟਿਸ 'ਚ ਨੇ ਪਾਵੇਂ ਸਿੰਗਰਾਂ ਦੇ ਗਾਣਿਆਂ ਦੀਆਂ ਲੜਾਈਆਂ ਹੁਣ ਉਹ ਵੀ ਛੱਡਦੇ ਨਹੀਂ ਉਹ ਹਰ ਦੋ ਮਹੀਨੇ ਬਾਅਦ ਨਵੇਂ ਕੌਂਟਰੋਵਰਸੀ ਜਾਣ ਕੇ ਖੜੀ ਕਰਦੇ ਵੀ ਹੁਣ ਯੂਥ ਇਧਰ ਨੂੰ ਲੱਗ ਜਾਏ ਬਹੁਤੇ ਤਾਂ ਰਲੇ ਹੁੰਦੇ ਆ ਰਲੇ ਹੁੰਦੇ ਆ ਉਹ ਜਾਣ ਬੁਝ ਕੇ ਕ੍ਰੀਏਟ ਕਰਦੇ ਆ ਇੱਕ ਨੈਰੇਟਿਵ ਕਿ ਹੁਣ ਯੂਥ ਐਦੇ ਕਮੈਂਟ ਪੜੇ ਫਿਰ ਉਹਦੇ ਕਮੈਂਟ ਪੜੇ ਫਿਰ ਉਹਦੇ ਕਮੈਂਟ ਕਰੇ ਫਿਰ ਉਹ ਸਟੋਰੀਆਂ ਪਾਏ ਉਹ ਆਪਣੀ ਪ੍ਰੈਕਟਿਸ ਨਹੀਂ ਛੱਡਦੇ ਤਾਂ ਫਿਰ ਜਿਹੜੇ ਆਪਾਂ ਚੰਗੇ ਕੰਮ ਵਾਲੇ ਪਾਸੇ ਲਾਣਾ ਹੈ ਨੌਜਵਾਨਾਂ ਨੂੰ ਉਹ ਵੀ ਸਾਨੂੰ ਪ੍ਰੈਕਟਿਸ 'ਚ ਲਿਆਉਣਾ ਪਏਗਾ ਉਹ ਸਾਨੂੰ ਸਮਾਜ ਦੀ ਇੱਕ ਪ੍ਰੈਕਟਿਸ ਬਣਾਣੀ ਪਵੇਗੀ ਜਿੱਥੇ ਨੌਜਵਾਨ ਦਾ ਹਰ ਨੌਜ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝੀ ਜੇ ਆਪਾਂ ਇਹ ਪ੍ਰੈਕਟਿਸ ਦੇ ਆਏ ਹਾਂ ਪਰ ਜ਼ੈਨੀ ਤੌਰ ਤੇ ਅੰਦੋਲਨ ਚ ਦੇਖਿਆ ਤੁਸੀਂ ਆਏ ਨੇ 16 15 14 ਸਾਲ ਦੇ ਜਿਨ੍ਹਾਂ ਨੇ ਆ ਕੇ ਕਿਸਾਨਾਂ ਦੀ ਮਦਦ ਕੀਤੀ ਆ ਐਜੀਟੇਸ਼ਨ ਚ ਚਾਹੇ ਇੰਸਟਾਗ੍ਰam ਤੇ ਹਾ ਦਾ ਨਾਰਾ ਮਾਰਿਆ ਬਹੁਤ ਵੱਡੇ ਲੈਵਲ ਤੇ ਦੇਖਿਆ ਤੇ ਅਬ ਵੀ ਦੇਖਿਆ ਕਿ ਟਾਕਿੰਗ ਅਬਾਊਟ ਪੋਲਿਟਿਕਸ ਬੀਕਮ ਦ ਨਿਊ ਕੂਲ ਆਇਟ ਕੂਲ ਬਣ ਗਿਆ ਕਿ ਹੁਣ ਰਾਜਨੀਤੀ ਲਈ ਗੱਲ ਕਰਨਾ ਕੂਲ ਹੋ ਗਿਆ ਕਿਉਂਕਿ ਜਿਹੜੇ ਨਹੀਂ ਗੱਲ ਕਰ ਰਹੇ ਸੀ ਨਾ ਉਹ ਅਨਪੜ ਫੀਲ ਕਰ ਰਹੇ ਸੀ ਆਪਣੇ ਆਪ ਨੂੰ ਇੰਸਟਾਗ੍ਰam ਤੇ ਟਵਿੱਟਰ ਤੇ ਸਨੈਪਚੈਟ ਤੇ ਆਪਾਂ ਇਹ ਟਰੈਕਰ ਟੂ ਟਵਿੱਟਰ ਦੇਖਿਆ ਟਵਿੱਟਰ ਹੈਸ਼ਟੈਗਸ ਦੇਖ ਕੇ ਨੌਜਵਾਨਾਂ ਨੇ ਆਪਣੇ ਆਈਟੀ ਸੈੱਲ ਬਣਾਏ ਇਹ ਸਭ ਕੁਝ ਕਿੱਦਾਂ ਹੋਇਆ ਕਿ ਟਾਕਿੰਗ ਅਬਾਊਟ ਪੋਲਿਟਿਕਸ ਬੀਕਮ ਕੂਲ ਤੇ ਆਹੀ ਮੈਂ ਚਾਹਨਾ ਆਹੀ ਇਨੀਸ਼ੀਏਟਿਵਸ ਆਫ ਚੇਂਜ ਦੇ ਵਜੋਂ ਅਸੀਂ ਵੀ ਚਾਹੁੰਦੇ ਹਾਂ ਕਿ ਰਾਜਨੀਤੀ ਦੀ ਗੱਲ ਕਰਨਾ ਨੌਜਵਾਨ ਲਈ ਕੂਲ ਬਣੇ ਕਿ ਹਰ ਨੌਜਵਾਨ ਰਾਜਨੀਤੀ ਨੂੰ ਸਮਝੇ ਨਹੀਂ ਤਾਂ ਬਲਾਈਂਡਲੀ ਫਾਲੋ ਕਰਨ ਨੂੰ ਤਾਂ ਐ ਪਾਰਟੀ ਛੱਡ ਕੇ ਇੱਧਰ ਆ ਗਏ ਇੱਧਰੋਂ ਛੱਡ ਕੇ ਉੱਧਰ ਚੱਲ ਗਏ ਹਵਾਵਾਂ ਦੀਆਂ ਗੱਲਾਂ ਤਾਂ ਸੋਸ਼ਲ ਮੀਡੀਆ ਤੇ ਚੱਲੀ ਹੋ ਜਾਂਦੀਆਂ ਨੌਜਵਾਨ ਦੀ ਅੱਜ ਦੀ ਲੋੜ ਹੈ ਕਿ ਜਿਹੜੀ ਅਗਲੀ ਪੀੜ੍ਹੀ 20 ਸਾਲੀ ਤਿਆਰ ਹੋਵੇ ਪਰ ਕੀ ਉਹ 13 14 ਸਾਲ ਆਲਾ ਬੱਚਾ ਕਹਿ ਲੋ ਜਾਂ ਨੌਜਵਾਨ ਕਹਿ ਲੋ ਉਹ ਵੀ ਸਿਆਸਤ ਦੀ ਗੱਲ ਕਰਨ ਲੱਗ ਗਿਆ ਹੁਣ ਉਹਨੂੰ ਰਾਹੁਲ ਗਾਂਧੀ ਦਾ ਨਰਿੰਦਰ ਮੋਦੀ ਦਾ ਦੇਸ਼ ਦਾ ਪਤਾ ਹੈ ਦੇਖੋ ਸੋਸ਼ਲ ਮੀਡੀਆ ਨੇ ਇੰਨੀ ਕਿਤਾ ਕਮਾਲ ਦੀ ਗੱਲ ਕਰਤੀ ਸਿਮਰਨ ਜੋ ਜੀ ਕੇ ਇੱਕ ਨੌਜਵਾਨ 13 ਜਿਹੜਾ ਮੰਨ ਲਓ ਅੱਜ 15 ਸਾਲ ਦਾ ਨੌਜਵਾਨ ਹੈ ਉਹਨੇ 13 ਸਾਲ ਦੀ ਉਮਰ ਚ ਇੱਕ ਰਾਜਨੇਤਾ ਨੇ ਇੱਕ ਗੱਲ ਕਹਿੰਦੇ ਵੇਖਿਆ ਸੋਸ਼ਲ ਮੀਡੀਆ ਤੇ ਉਹਨੇ ਮੰਨ ਲਓ ਵੀਡੀਓ ਸ਼ੇਅਰ ਕੀਤੀ ਜਾਂ ਮੰਨ ਲਓ ਮੋਦੀ ਜੀ ਦੀ ਇੱਕ ਗੱਲ ਉਹਨੇ ਸ਼ੇਅਰ ਕੀਤੀ ਵੀ ਮੈਂ ਦੇਸ਼ ਕੋ ਬਦਲ ਕੇ ਰੱਖ ਦੂੰਗਾ 2 ਸਾਲਾਂ ਬਾਅਦ ਉਹ ਮੋਦੀ ਜੀ ਨੂੰ ਕੁਝ ਹੋਰ ਕਰਦਾ ਵੇਖ ਰਿਹਾ ਤੇ ਉਹ ਸੋਸ਼ਲ ਮੀਡੀਆ ਤੇ ਉਹ ਵੀ ਵੇਖ ਰਿਹਾ ਨਾ ਆਈ ਤਾਂ ਹੋ ਰਿਹਾ ਵੀ ਆਪਾਂ ਸਪੀਚਾਂ ਕੱਢ-ਕੱਢ ਕੇ ਜਿਹੜੀਆਂ ਆਂਦੀਆਂ ਵੀ 2 ਸਾਲ ਪਹਿਲਾਂ ਇਹ ਕਿਹਾ ਤੇ ਹੁਣ ਕਿਹਾ ਨੌਜਵਾਨ ਸਮਝ ਰਿਹਾ ਜੇ ਇੱਕ ਬੱਚਾ ਆਪਣੇ ਘਰ ਦੇ ਹੋ ਰੀਆਂ ਲੜਾਈਆਂ ਨੂੰ ਜਾਂ ਆਪਣੇ ਘਰ 'ਚ ਹੋ ਰਹੇ ਬੋਲੇ ਜਾ ਰਹੇ ਝੂਠ ਨੂੰ 10-12 ਸਾਲ ਦੀ ਉਮਰ 'ਚ ਸਮਝ ਸਕਦਾ ਹੈ ਤੇ ਆਪਣੇ ਦਿਲ 'ਚ ਬਿਠਾ ਸਕਦਾ ਉਹਨਾਂ ਗੱਲਾਂ ਨੂੰ ਉਹ ਮੁੜ ਕੇ ਹਰ ਚੀਜ਼ ਨੂੰ ਸਮਝ ਸਕਦਾ ਹੈ ਜੋ ਆਪਣੇ ਟੀਚਰ ਨੂੰ ਝੂਠ ਬੋਲਣਾ ਸਿੱਖ ਸਕਦਾ ਹੈ ਜੋ ਆਪਣੇ ਸਕੂਲ ਦੇ ਵਿੱਚ ਵਿਚਰਨਾ ਸਕੂਲ ਦੀਆਂ ਦੋਸਤਾਂ ਯਾਰਾਂ ਦੀਆਂ ਲੜਾਈਆਂ ਨੂੰ ਸਮਝਣਾ ਗੋਸਿਪਸ ਨੂੰ ਵੇਖਣਾ ਜੋ ਯੂਸੂਅਲੀ ਬੱਚਿਆਂ ਦੀ ਜ਼ਿੰਦਗੀ ਚੱਲਦਾ ਹੈ ਜੇ ਉਹਨੂੰ ਸਮਝਦਾ ਹੈ ਰਾਜਨੀਤੀ ਨੂੰ ਸਮਝਣਾ ਕੀ ਔਖਾ ਪਰ ਕੀ ਇਸ ਤਬਦੀਲੀ ਨੂੰ ਪੰਜਾਬ ਦੀ ਮੁਖਤਾਰਾ ਦੀ ਸਿਆਸਤ ਸਮਝ ਪਾ ਰਹੀ ਹੈ ਜਿਸ ਤਬਦੀਲੀ ਦੇ ਵੱਲ ਹੁਣ ਨੌਜਵਾਨ ਜਾ ਰਿਹਾ ਹੈ ਕੀ ਅਗਲੇ 4-5 ਸਾਲਾਂ ਨੂੰ ਇਸ ਪੱਧਰ ਤੇ ਅਵੇਅਰ ਹੁੰਦਾ ਹੈ ਜੇ ਸਾਡਾ ਨੌਜਵਾਨ ਹੈ ਔਰ ਸਾਡੇ ਬੱਚੇ ਖਾਸ ਤੌਰ ਤੇ 14-15 ਸਾਲ 13 ਸਾਲ ਦੀ ਉਮਰ ਵਾਲੇ ਤਾ ਅੱਜ ਦਾ ਪੋਲੀਟੀਕਲ ਸਟਰਕਚਰ ਉਹਨੂੰ ਸੈਂਸ ਕਰ ਪਾ ਰਿਆ ਤੁਹਾਨੂੰ ਲੱਗਦਾ ਹਾਲੇ ਤੱਕ ਤਾਂ ਮੈਨੂੰ ਨਹੀਂ ਲੱਗਦਾ ਕਿ ਰਾਜਨੀਤੀ ਅੱਜ ਵੀ ਨੌਜਵਾਨ ਨੂੰ ਸੀਰੀਅਸਲੀ ਲੈ ਰਹੀ ਹੈ ਨੌਜਵਾਨਾਂ ਨੂੰ ਸੀਰੀਅਸਲੀ ਲਿਆ ਕੱਦ ਗਿਆ ਮੈਂ ਰਾਜਨੀਤੀ ਛੱਡੋ ਰਾਜਨੀਤੀ ਛੱਡ ਦੋ ਆਪਾਂ ਬਾਕੀ ਵੀ ادارے ਵੇਖੀਏ ਧਾਰਮਿਕ ادارے ਵੀ ਵੇਖ ਲਈਏ ਨੌਜਵਾਨਾਂ ਨੂੰ ਟੀਨੇਜਰ ਨੂੰ ਜ਼ਿੰਦਗੀ ਸੀਰੀਅਸਲੀ ਲਿਆ ਕੀਨੇ ਆ ਪਰ ਆ ਹੁਣ ਜਿਹੜਾ ਵਕਤ ਬਦਲ ਰਿਹਾ ਨਾ ਆ ਖਾਸ ਤੌਰ ਤੇ ਸੋਸ਼ਲ ਮੀਡੀਆ ਜਾਂ ਨਿਊ ਏਜ ਜਿੱਥੇ ਅਸੀਂ ਗਲੋਬਲ ਸਿਟੀਜ਼ਨ ਹੋ ਗਏ ਹਾਂ ਇਹਨੇ ਸਾਨੂੰ ਇੰਨਾ ਐਕਸਪੋਜ਼ ਕਰਤਾ ਕਿ ਹੁਣ ਨੌਜਵਾਨ ਸਵਾਲ ਕਰਦਾ ਤੇ ਰਾਜਨੀਤੀ ਨੂੰ ਸਮਝਣਾ ਪਏਗਾ ਹਲੇ ਸਮਝ ਨਹੀਂ ਰਹੇ ਪਰ ਸਮਝਣਾ ਪਏਗਾ ਤੇ ਇਹਦਾ ਇੰਪੈਕਟ ਬਹੁਤ ਵੱਡਾ ਪੈਣਾ ਕਿ ਜਿਹੜੀ ਆ ਸਾਡੇ ਤੋਂ ਟੈਕਸ ਲੈ ਲੈ ਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਰਕਾਰਾਂ ਨੇ ਹੁਣ ਤੱਕ ਸਾਨੂੰ ਪਾਗਲ ਬਣਾਇਆ ਨਾ ਕਿ ਉੱਪਰ ਦੀਆਂ ਗੱਲਾਂ ਕਰ ਦੋ ਤੇ ਹੈਲਥ ਐਜੂਕੇਸ਼ਨ এমਪਲੋਇਮੈਂਟ ਇਹਦੇ ਵੱਲ ਧਿਆਨ ਨਾ ਦਿਓ ਹੁਣ ਕੁਝਤਣਾ ਪੈਣਾ ਹੁਣ ਨੌਜਵਾਨ ਨੂੰ ਦਿੱਕਤ ਹੈ ਕਿ ਸਰਕਾਰੀ ਸਕੂਲਾਂ ਦੇ ਕੀ ਹਾਲ ਹੈ ਹੁਣਾਂ ਨੂੰ ਦਿੱਕਤ ਹੈ ਵੀ ਮੇਰੇ ਪਾਪਾ ਆਪਣੀ ਇਨਕਮ ਤੋਂ ਟੈਕਸ ਦੇ ਰਹੇ ਆ ਉਹ ਕਾਦੇ ਨਹੀਂ ਦੇ ਰਹੇ ਆ ਸਰਕਾਰ ਤਾਂ ਕੀ ਬੇਸਿਕ ਫੈਸਿਲਿਟੀਆਂ ਪ੍ਰੋਵਾਈਡ ਕਰੇ ਉਹ ਬੇਸਿਕ ਫੈਸਿਲਿਟੀਆਂ ਮਿਲ ਨਹੀਂ ਰਹੀਆਂ ਹੁਣ ਤੱਕ ਕਮੀਡੀਅਨ ਐਦਾ ਦੀਆਂ ਗੱਲਾਂ ਕਹਿਣ ਲੱਗੇ ਆ ਕਿੰਨੀ ਮੈਨੂੰ ਇੱਕ ਬੜੀ ਵਧੀਆ ਗੱਲ ਲੱਗੀ ਕਿ ਸਰਕਾਰ ਸਾਡੀ ਸਰਵਿਸ ਪ੍ਰੋਵਾਈਡਰ ਹੈ ਤੁਸੀਂ ਵੋਡਾਫੋਨ ਦਾ SIM ਲੈਨੇ ਹੋ ਤੇ ਵੋਡਾਫੋਨ ਤੁਹਾਨੂੰ ਸਰਵਿਸ ਦਿੰਦਾ ਤੁਸੀਂ ਉਹਦੇ ਭਗਤ ਥੋੜੀ ਹੋ ਜਾਂਨੇ ਹੋ ਅਸੀਂ ਆਪਣੇ ਟੈਕਸ ਚੋਂ ਇੱਕ ਸਰਵਿਸ ਲਈ ਪੈਸਾ ਦਿੰਨੇ ਆ ਸਰਕਾਰ ਨੂੰ ਤੁਹਾਨੂੰ ਲੱਗਦਾ ਮੋਦੀਇਜ਼ਮ ਦੇ ਦੌਰ ਨੇ ਮੈਂ ਮੋਦੀਇਜ਼ਮ ਦਾ ਦੌਰ ਹੀ ਕਹਿਣਾ ਇਸ ਨੂੰ ਕਿ ਇਹ ਮੋਦੀਇਜ਼ਮ ਦਾ ਦੌਰ ਹੈ ਇਸ ਦੌਰ ਨੇ ਜਿਹੜਾ ਭਗਤ ਕਲਚਰ ਹੈ ਉਸ ਨੂੰ ਵਧਾਵਾ ਦੇ ਕੇ ਸਗੋਂ ਜਾਗਰੂਕ ਕਰਤਾ ਜਿਹੜਾ ਸਮਾਜ ਦਬਿਆ ਬੈਠਾ ਸੀ ਜਿਹੜਾ ਕਦੇ ਚਰਚਾ ਨਹੀਂ ਕਰਦਾ ਸੀ ਉਹ ਅੱਜ ਉੱਠ ਕੇ ਗੱਲ ਕਰ ਰਿਹਾ ਹੁਣ ਇਹ ਬਹੁਤ ਮੈਂ ਬੜਾ ਪਿਆਰਾ ਇੱਕ ਹਰਮਨਜੀਤ ਰਾਣੀ ਦਾ ਅਦਾ ਗੀਤ ਹੈ ਕਿ ਜਿੰਨੀ ਜਿੰਨੀ ਵੈਰੇ ਆ ਤੇ ਚੱਕਣੀ ਉਹਨਾਂ ਉਹਨਾਂ ਸਿੱਧਕਾਂ ਨੇ ਪੱਕਣਾ ਜਿੰਨਾ ਜਿੰਨਾ ਪਾਪ ਵੱਧਦਾ ਸਮਾਜ ਦੇ ਵਿੱਚ ਭਾਵੇਂ ਕਿਸੇ ਦਾ ਵੀ ਹੋਏ ਜਿੰਨਾ ਜਿੰਨਾ ਪਾਪ ਵੱਧਦਾ ਓਨੀ ਓਨੀ ਸਿੱਧਕ ਪੱਕਦੀ ਹੈ ਉਹਨਾਂ ਉਹਨਾਂ ਸਮਝ ਪੱਕਦੀ ਹੈ ਲੋਕਾਂ ਦੀ ਉਹਨਾਂ ਉਹਨਾਂ ਸੱਚ ਸਾਹਮਣੇ ਆਉਂਦਾ ਸੱਚ ਸਾਹਮਣੇ ਆਉਂਦਾ ਝੂਠ ਨੰਗਾ ਹੁੰਦਾ ਉਹਨਾਂ ਉਹਨਾਂ ਹੁੰਦਾ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਘੱਲੂਕਾਰੇ ਦੇ ਦਿਨਾਂ ਦੀ ਗੱਲ ਕਰ ਰਹੇ ਆ ਮੈਂ ਸੋਸ਼ਲ ਮੀਡੀਆ ਤੇ ਦੇਖ ਕੇ ਹੈਰਾਨ ਆ ਕਿ ਅੱਜ ਤੱਕ ਮੈਂ ਪਿਛਲੇ 15 ਸਾਲਾਂ ਦੇ ਵਿੱਚ ਇੰਨੀ ਸੋਸ਼ਲ ਮੀਡੀਆ ਤੇ ਫੀਅਰਲੈਸਲੀ ਸੱਚ ਬੋਲਦੇ ਆ ਨੌਜਵਾਨਾਂ ਨੂੰ ਨਹੀਂ ਸੀ ਵੇਖਿਆ ਜਿੰਨਾ ਮੈਂ ਇਸ ਸਾਲ ਵੇਖ ਰਿਹਾ ਹਾਂ ਹੂੰ ਉਹਦਾ ਕਾਰਨ ਹੈ ਉਹਦਾ ਕਾਰਨ ਹੈ ਕਿ ਜਿੰਨਾ ਜਿੰਨਾ ਤੁਸੀਂ ਟ੍ਰਿਗਰ ਕਰੋਗੇ ਕਿਸੇ ਨੂੰ ਉਹ ਫਿਰ ਸਪ੍ਰਿੰਗ ਨੂੰ ਜਿੰਨਾ ਦਬਾਓਗੇ ਉਛਲੂਗਾ ਹੋਰ ਨਹੀਂ ਹਰ ਇਨਸਾਨ ਟ੍ਰਿਗਰ ਤੋਂ ਤੜਫਦਾ ਆ ਟ੍ਰਿਗਰ ਕੀਤਾ ਜਾਂਦਾ ਨਾ ਜਿਹੜੇ ਆਈਟੀ ਸੈੱਲ ਆ ਕੀ ਹੈ ਆ ਟ੍ਰਿਗਰ ਕਰ ਰਹੇ ਹਾਂ ਉਂਗਲਾਂ ਲਾ ਰਹੇ ਹੋ ਤੁਸੀਂ ਜਵਾਨੀ ਨੂੰ ਸੱਚ ਬੋਲਣ ਵਾਲੀ ਨੂੰ ਇਨੋਸੈਂਟ ਲੋਕਾਂ ਨੂੰ ਉਂਗਲਾਂ ਲਾ ਰਹੇ ਹੋ ਪੜ ਘਾ ਰਹੇ ਹੋ ਅੱਜ ਮੈਂ ਬਹੁਤ ਤੁਸੀਂ ਕਮਾਲ ਗੱਲ ਕੀਤੀ ਅੱਜ ਮੈਂ ਇੰਸਟਾਗ੍ਰam ਤੇ ਇੱਕ ਗੈਰ ਸਿੱਖ ਦਾ ਫੋਲੋ ਕਰਦਾ ਇੱਕ ਪੇਜ ਉਹ ਦੇਖ ਰਿਹਾ ਸੀਗਾ ਤਾਂ ਉਹਨੇ ਪੋਸਟ ਪਾਈ ਹੋਈ ਸੀ ਅਕਾਲ ਤਖਤ ਸਾਹਿਬ ਟੱਠੇ ਹੋਏ ਦੀ ਤਸਵੀਰ ਲਾਸ਼ਾਂ ਦੀ ਤਸਵੀਰ ਉਹ ਉਸ ਤੇ ਲਿਖਿਆ ਸੀ ਇਹ ਗੱਲ ਸਿੱਖ ਕੌਮ ਦੀ ਨਹੀਂ ਹੈ ਇਹ ਹਿਊਮਨ ਰਾਈਟਸ ਦਾ ਮਸਲਾ ਹੈ ਬਿਲਕੁਲ ਤਾਂ ਇਹ ਇਹ ਦੇਖੋ ਇੰਡੀਆ ਦੇ ਪੱਧਰ ਤੇ ਔਰ ਉਹ ਪੰਜਾਬ ਤੋਂ ਬਿਲੋਂਗ ਨਹੀਂ ਕਰਦਾ ਤੇ ਜਦੋਂ ਐਸੀਆਂ ਚੀਜ਼ਾਂ ਹੋ ਰਹੀਆਂ ਤਾਂ ਤੁਸੀਂ ਠੀਕ ਕਹਿ ਰਹੇ ਹੋ ਕਿ ਉਸ ਪੱਧਰ ਤੇ ਨੌਜਵਾਨ ਜਿਹੜਾ ਜਾਗਰੂਕ ਹੋ ਰਿਹਾ ਪਰ ਮੈਨੂੰ ਇਹ ਦੱਸੋ ਕਿ ਤਬਦੀਲੀ ਮੈਂ ਅਕਸਰ ਇਹ ਸਵਾਲ ਯੰਗਸਟਰਸ ਦੇ ਜਿੰਨੇ ਐਪੀਸੋਡ ਹੋਏ ਐ ਸਾਰਿਆਂ ਨੂੰ ਇਹ ਸਵਾਲ ਕੀਤਾ ਕਿ ਤੁਹਾਡੇ ਹਿਸਾਬ ਤੇ ਤਬਦੀਲੀ ਆਊਗੀ ਕਿਵੇਂ ਮੈਨੂੰ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਪਿਛਲੇ ਸਵਾਲ ਤੇ ਜਾਣੇ ਆ ਭਗਤ ਕਲਚਰ ਜਿੱਦਣ ਸਭ ਤੋਂ ਪਹਿਲੇ ਅਸੀਂ ਆ ਤੋੜਨ 'ਚ ਕਾਮਯਾਬ ਹੋ ਗਏ ਆਪਣੇ ਅੰਦਰ ਆਪਣੇ ਅੰਦਰ ਮੈਂ ਨਹੀਂ ਕਹਿ ਰਿਹਾ ਕਿ ਆਈਟੀ ਸੈੱਲਾਂ ਨੂੰ ਉਹ ਤਾਂ ਜੋ ਹੋਣਾ ਪਾਪ ਨੇ ਆਪਣਾ ਕੰਮ ਕਰਦੇ ਰਹਿਣਾ ਅੱਜ ਨਾ ਰਾਜਨੀਤਿਕ ਪੱਕਾ ਹੁਣ ਆਪਾਂ ਪੰਜਾਬ ਦੇ ਇਲੈਕਸ਼ਨਾਂ ਵੱਲ ਵੀ ਵੱਧ ਰਹੇ ਆ ਬੜਾ ਕੁਝ ਹਵਾ 'ਚ ਹੋਣਾ ਹੈ ਬੜਾ ਕੁਝ ਸੋਸ਼ਲ ਮੀਡੀਆ ਤੇ ਹੋਣਾ ਹੈ ਬੜਾ ਕੁਝ ਆਈਟੀ ਸੈੱਲਾਂ ਨੇ ਚਲਾਉਣਾ ਹੈ ਆ ਭਗਤ ਕਲਚਰ ਨੂੰ ਜਿੱਦ ਦਿਨ ਅਸੀਂ ਤੋੜਨ 'ਚ ਕਾਮਯਾਬ ਹੋ ਗਏ ਉਹ ਦਿਨ ਅਸੀਂ ਬਹੁਤ ਕੁਝ ਸੈੱਟ ਕਰ ਲਾਂਗੇ ਉਹ ਹੋਏਗਾ ਕਿਵੇਂ ਤੁਸੀਂ ਦੇਖਿਆ ਜਦ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਇੱਕ ਮੁੰਡੇ ਨੇ ਟ੍ਰੇਨ ਰੋਕੀ ਅੰਡਾਨੀਆਂ ਦੀ ਕਿੱਡੀ ਕਿੱਡੀ ਉਹ ਵੀਡੀਓ ਵਾਇਰਲ ਹੋਈ ਉਹਨੇ ਟ੍ਰੇਨ ਰੋਕੀ ਜਿਹਦਾ ਜਿਗਰਾ ਕੋਈ ਬੰਦਾ ਰਾਜਨੇਤਾ ਦੇ ਕੋਲ ਜਾ ਕੇ ਗੱਲ ਕਰ ਲੈਂਦਾ ਚਾਰ ਸਵਾਲ ਕਰ ਲੈਂਦਾ ਉਹਦੀ ਵੀਡੀਓ ਵਾਇਰਲ ਹੋ ਜਾਂਦੀ ਵੀ ਜੀ ਦੇਖੋ ਨਿੱਡਰ ਹੋ ਕੇ ਸਵਾਲ ਕੀਤੇ ਇਹ ਕੋਈ ਬੜੀ ਸੁਪਰ ਪਾਵਰ ਨਹੀਂ ਹੈ ਇਹ ਨਾਰਮਲ ਹੀ ਹੋਣਾ ਚਾਹੀਦਾ ਸਾਡੇ ਕੋਲ ਸਾਡੇ ਸਾਹਮਣੇ ਸਾਡਾ ਐਮਐਲਏ ਬੈਠਾ ਹੋਏ ਤੇ ਇੱਕ 15 ਸਾਲ ਦਾ 20 ਸਾਲ ਦਾ 22 ਸਾਲ ਦਾ ਨੌਜਵਾਨ ਵੀ ਉਹਨੂੰ ਪੁੱਛੇ ਵੀ ਆ ਲੈ ਆ ਤੈਨੂੰ ਸਰਵਿਸ ਲਈ ਕਿਹਾ ਸੀ ਕਿੱਥੇ ਹੈ ਹੂੰ ਐ ਨਾਰਮਲਾਈਜ਼ ਕਰਨਾ ਪਵੇਗਾ ਸਾਨੂੰ ਹੈਰਾਨ ਨਹੀਂ ਹੋਣਾ ਪੈਣਾ ਇਹ 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 ਆਮ ਗੱਲ ਹੋਣੀ ਚਾਹੀਦੀ ਹੈ ਇਹ ਤਾਂ ਨਾਰਮਲ ਹੋਣਾ ਚਾਹੀਦਾ ਮੈਂ ਹੈਰਾਨ ਹੁਣਾਂ ਕਿ ਲੋਕੀ ਕਹਿੰਦੇ ਕਿ ਵਾਹ ਨੇ ਵਾਹ ਨਹੀਂ ਜੀ ਆ ਉਹਦਾ ਫਰਜ਼ ਹੈ ਹਰ ਬੰਦੇ ਦਾ ਅਸੀਂ ਅਸੀਂ ਵੋਟ ਪਾ ਕੇ ਕਹਿੰਨੇ ਆ ਬੇ ਹੁਣਾ ਸਾਡਾ ਨੌਕਰ ਹੋ ਗਿਆ ਕੰਮ ਕਰੂਗਾ ਯਾ ਅਸੀਂ ਉਹਦੀ ਭਗਤੀ ਕਰਦੇ ਆ ਯਾ ਅਸੀਂ ਉਹਦੇ ਛੱਡ ਦਿੰਨੇ ਆ ਵੀ ਜੋ ਮਰਜੀ ਕਰੇ ਤੇ ਦੂਜੇ ਪਾਸੇ ਨੇਤਾ ਸਮਝ ਰਹੇ ਹੁੰਦਾ ਵੀ ਮੈਨੂੰ ਵੋਟਾਂ ਮਿਲ ਗਈਆਂ ਹੁਣ ਮੈਂ ਮਾਲਕ ਹੋ ਗਿਆ ਹੁਣ ਮੈਂ ਜੋ ਮਰਜ਼ੀ ਕਰਾਂ ਨਾ ਕੋਈ ਨੌਕਰ ਹੈ ਨਾ ਕੋਈ ਮਾਲਕ ਹੈ ਸਮਝਣਾ ਪਊਗਾ ਸਾਡੀ ਰਾਜਨੀਤੀ ਦੇ ਵਿੱਚ ਅਸੀਂ ਵਰਡ ਯੂਜ਼ ਕਰਦੇ ਹਾਂ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਜਦ ਕੋਈ ਜਿੱਤ ਜਾਂਦਾ ਉਹ ਟੀਮ ਦਾ ਕਪਤਾਨ ਹੁੰਦਾ ਹੈ ਟੀਮ ਨੇ ਫਿਰ ਵੀ ਆਪਣਾ ਕੰਮ ਕਰਨਾ ਹੈ ਕੀ ਕੰਮ ਕਰਨਾ ਕਿ ਕਪਤਾਨ ਸਹੀ ਕੰਮ ਕਰੇ ਉਹਦੇ ਨਾਲ ਰਲ ਕੇ ਕੰਮ ਕਰਨਾ ਹੁਣ ਅਸੀਂ ਕਹੀਏ ਵੀ ਸਾਰੇ ਕੰਮ ਉਹੀ ਕਰੀ ਜਾਏ ਤੇ ਉਹ ਤਾਂ ਸੁੱਕਾ ਬੈਠਾ ਮੈਂ ਹਾਲਾਂ ਮੈਂ ਕਿੰਨੇ ਜਗ੍ਹਾ ਤੇ ਐਮਐਲਏ ਦੇ ਮੇਹਰਾਂ ਦੇ ਕਾਉਂਸਲਰਾਂ ਦੇ ਆਫਿਸਾਂ ਚ ਜਾ ਜਾ ਕੇ ਤੰਗ ਹੋ ਸਿਰਫ ਤੇ ਸਿਰਫ ਦੋ ਕੰਮਾਂ ਲਈ ਜਾਂਦੇ ਆ ਜੀ ਭੋਗ ਤੇ ਇਨਵਾਈਟ ਕਰਨ ਤੇ ਵਿਆਹ ਤੇ ਇਨਵਾਈਟ ਕਰਨ ਹਾਂ ਜਾਂ ਜਾਲੀ ਨਕਸ਼ੇ ਪਾਸ ਕਰਾਉਣ ਇੱਥੇ ਹੀ ਸੀਮਤ ਰੱਖਿਆ ਹੋਇਆ ਨਾ ਅਸੀਂ ਅਸੀਂ ਵਿਆਹ ਤੇ ਇਨਵਾਈਟ ਕਰਕੇ ਮਿਲਣੀਆਂ ਵੇਲੇ ਆਪਣੀ ਉਹਦੇ ਟੌਰ ਬਣਾਉਣ ਤੱਕ ਸੀਮਤ ਰੱਖਿਆ ਹੋਇਆ ਇਸ ਕੰਮ ਲਈ ਅਸੀਂ ਐਮਐਲਏ ਚੁਣੇ ਸੀ ਆ ਤਾਂ ਨਹੀਂ ਕਿ ਐਮਐਲਏ ਬਹਿ ਨਹੀਂ ਰਿਹਾ ਆਪਣੇ ਦਫ਼ਤਰ 'ਚ ਉਹ ਤਾਂ ਬਹਿ ਰਿਹਾ ਪਰ ਅਸੀਂ ਉਹ ਤੋਂ ਕੰਮ ਕੀ ਲੈਣ ਜਾ ਰਹੇ ਹਾਂ ਹਾਂ ਆ ਸਾਡੇ ਤੇ ਆ ਆ ਗਲਤੀ ਸਾਡੀ ਹੈ ਕਿ ਅਸੀਂ ਉਹਨੂੰ ਆਤਮਾ ਗਲਤ ਪਾਤੀਆਂ ਅਸੀਂ ਆਤਮਾ ਗਲਤ ਪਾਈਆਂ ਆਪਣੇ ਲੀਡਰਾਂ ਨੂੰ ਉਹ ਆਤਮਾ ਬਦਲਣੀ ਹੈ ਆ ਬਹੁਤ ਜ਼ਰੂਰੀ ਹੈ ਕਿ ਭਗਤੀ ਕਲਚਰ ਖਤਮ ਕਰਕੇ ਆ ਕਲਚਰ ਖਤਮ ਕਰੀਏ ਵੀ ਐਮ ਐਲ ਐਸ ਆਰ देयर फॉर ਆਸ ਅਸਿ ਕੈਨੇਡਾ ਕੈਨੇਡਾ ਦੀਆਂ ਗੱਲਾਂ ਕਰਦੇ ਆ ਉੱਥੇ ਆਹੀ ਹੈ ਨਾ ਨਾਰਮਲਾਈਜ਼ ਕੀਤਾ ਹੋਇਆ ਨਾ ਰਾਜਨੀਤੀ ਮੈਂ ਥੋੜੇ ਦਿਨ ਪਹਿਲਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੀ ਇੱਕ ਵੀਡੀਓ ਦੇਖ ਰਿਹਾ ਸੀ ਕਿ ਟ੍ਰੇਨ ਫੜਨ ਵਾਸਤੇ ਟ੍ਰੇਨ ਨਿਕਲ ਰਹੀ ਸੀ ਔਰ ਉਹ ਭੱਜ ਕੇ ਟ੍ਰੇਨ ਫੜੀ ਉਹਨਾਂ ਨੇ ਬਿਲਕੁਲ ਪਰ ਅਸੀਂ ਐਕਸਪੈਕਟ ਵੀ ਨਹੀਂ ਕਰ ਸਕਦੇ ਇੱਥੇ ਟ੍ਰੇਨ ਰੁਕ ਜਾਂਦੀ ਨਹੀਂ ਪੂਰਾ ਸਿਸਟਮ ਹੀ ਖੜ ਜੂਗਾ ਜਲਦੀ ਰੇਲਵੇ ਸਟੇਸ਼ਨ ਰੋਕ ਲਿਆ ਜਾਏਗਾ ਰੇਲਵੇ ਸਟੇਸ਼ਨ ਰੋਕ ਲਿਆ ਜਾਏਗਾ ਆੜਾ ਦੋਲਾ ਸੀਲ ਕਰ ਦਿੱਤਾ ਜਾਏਗਾ ਸੀਲ ਕਰ ਦਿੱਤਾ ਜਾਊਗਾ ਯਾ ਫਿਰ ਅਸੀਂ ਦੇਖਿਆ ਸੀ ਕਿ ਜਸਟਿਨ ਟਰੂਡੋ ਕਿੰਨੇ ਆਸਾਨੀ ਦੇ ਨਾਲ ਸਵੇਰੇ ਸੈਰ ਤੇ ਨਿਕਲੇ ਤੇ ਲੋਕ ਉਹਨਾਂ ਨੂੰ ਮਿਲ ਰਹੇ ਸੀਗੇ ਬਿਲਕੁਲ ਮੈਂ ਐਕਸਪੈਕਟਡ ਨਹੀਂ ਹੈ ਕਿ ਅਸੀਂ ਇੱਥੇ ਕਦੇ ਦੇਖੀਏ ਆ ਬਦਲਣਾ ਪਏਗਾ ਨਾ ਅੱਜ ਤਾਂ ਸਾਨੂੰ ਸਿਰਫ ਰਾਜਨੀਤੀ ਨਹੀਂ ਸਾਡੇ ਧਾਰਮਿਕ ਅਦਾਰਿਆਂ ਦੇ ਵਿੱਚ ਵੀ ਬੜਾ ਦੁੱਖ ਲੱਗਦਾ ਜਦ ਕੋਈ ਕੰਗਣਾ ਰਣੌਤ ਵਰਗਾ ਵੀ ਜੇ ਦਰਬਾਰ ਸਾਹਿਬ ਜਾਂਦਾ ਹੈ ਤੇ ਉਧਰ ਸਾਰਾ ਕੁਝ ਰੁੱਕ ਜਾਂਦਾ ਕੈਮਰੇ ਅੰਦਰ ਜਾ ਰਹੇ ਆ ਵੀਆਈਪੀ ਐਂਟਰੀਆਂ ਹੋ ਰਹੀਆਂ ਗੱਡੀ ਸਾਹਮਣੇ ਆ ਕੇ ਖੜ੍ਹ ਰਹੀ ਹੈ ਸਭ ਸਾਨੂੰ ਬਦਲਣਾ ਪਏਗਾ ਸਾਨੂੰ ਸਮਾਜ ਚ ਆ ਰਹੇ ਇਨਸਾਨ ਨੂੰ ਇਨਸਾਨ ਵਾਂਗੂ ਵੇਖਣਾ ਪਏਗਾ ਪਹਿਲੀ ਚੀਜ਼ ਦੂਜੀ ਚੀਜ਼ ਮੈਂ ਰਾਜਨੀਤੀ ਸਿਮਰਨ ਜੋਜੀ ਬੜੀ ਇੰਪੋਰਟੈਂਟ ਗੱਲ ਜਿਹੜੀ ਦੇਖਦਾ ਕਿ ਅਸੀਂ ਨਾ ਬਥੇਰੀਆਂ ਗੱਲਾਂ ਉੱਪਰੋਂ ਦੀ ਪੋਚਾਂ ਮਾਰ ਕੇ ਇਲੈਕਸ਼ਨ ਲੰਘਾ ਦਿੰਨੇ ਆ 6 ਮਹੀਨੇ ਬੜੇ ਕੀਮਤੀ ਹੁੰਦੇ ਜਦ ਲੋਕਾਂ ਦੇ ਸੱਚ ਸਾਹਮਣੇ ਆਉਂਦੇ ਆ ਹਰ ਨੇਤਾ ਦੇ ਹਰ ਪੋਲਿਟਿਸ਼ੀਅਨ ਦੇ ਸੱਚ ਸਾਹਮਣੇ ਆਉਂਦੇ ਇਲੈਕਸ਼ਨ ਦੇ ਵੇਲੇ ਕਿੱਦਾਂ ਦਾ ਬੰ ਉਸ ਵੇਲੇ ਜੇ ਅਸੀਂ ਨੈਰੇਟਿਵ ਇਲੈਕਸ਼ਨਾਂ ਦਾ ਬਦਲ ਕੇ ਬੇਸਿਕਸ ਤੇ ਲੈ ਆਈਏ ਅਸੀਂ ਉੱਪਰ ਦੀਆਂ ਗੱਲਾਂ ਕਰਦੇ ਰਹਨੇ ਆ ਐਸੇ ਲਈ ਅਗਲੇ 5 ਸਾਲ ਵੀ ਉੱਪਰੋਂ ਹੀ ਉੱਪਰੋਂ ਸਾਨੂੰ ਸੋਸ਼ਲ ਮੀਡੀਆ ਤੇ ਸਭ ਦਿਖਦਾ ਅੱਜ ਥੱਲੇ ਮੈਂ ਦੇਖਦਾ ਸਰਕਾਰੀ ਸਕੂਲਾਂ ਦੇ ਕੀ ਹਾਲ ਆ ਪੰਜਾਬ ਦੇ ਅੱਜ ਅਸੀਂ ਸਾਰੇ ਹੀ ਦੇਖਦੇ ਆ ਸਰਕਾਰੀ ਸਕੂਲਾਂ ਦੇ ਮੈਂ ਇੱਕ ਸਰਕਾਰੀ ਸਕੂਲ ਗਿਆ ਉੱਥੇ 300 ਬੱਚੇ ਪੜ੍ਹਦੇ ਆ ਜੀ 300 ਚੋਂ 120 ਕੁੜੀਆਂ 120 ਕੁੜੀਆਂ ਸਕੂਲ ਨਹੀਂ ਆ ਰਹੀਆਂ ਕਾਰਨ ਕੀ ਆ ਕੁੜੀਆਂ ਦੇ ਵਾਸ਼ਰੂਮ ਦਾ ਦਰਵਾਜ਼ਾ ਨਹੀਂ ਆ ਅੱਛਾ ਬੇਸਿਕ ਚੀਜ਼ਾਂ 2000 ਰੁਪਏ ਦਾ ਦਰਵਾਜ਼ਾ ਲੱਗ ਜਾਂਦਾ ਕੁੜੀਆਂ ਦੇ ਵਾਸ਼ਰੂਮ ਕਿੰਨੀ ਵੱਡੀ ਗੱਲ ਹੈ ਬਣਾਉਣਾ 10000 ਰੁਪਏ ਇਹ ਚ ਬਾਥਰੂਮ ਬਣ ਜਾਂਦਾ ਪਰ ਕਿਉਂ ਨਹੀਂ ਬਣ ਰਿਹਾ ਜੀ ਵਾਸ਼ਰੂਮ ਵਿਲਿੰਗਨੈਸ ਨਹੀਂ ਹੈ ਵਿਲਿੰਗਨੈਸ ਕਿਉਂ ਨਹੀਂ ਹੈ ਕਿਉਂਕਿ ਅਸੀਂ ਉਸ ਮੁੱਦੇ ਨੂੰ ਵੱਡਾ ਨਹੀਂ ਬਣਾਇਆ ਤੁਸੀਂ ਜਦੋਂ ਵੋਟ ਪਾਣ ਦੇ ਅਧਿਕਾਰ ਦੀ ਗੱਲ ਕਰਦੇ ਹੋ ਤੁਸੀਂ ਬਹੁਤ ਅਵੇਅਰ ਕੀਤਾ ਤੁਹਾਨੂੰ ਮੇਰੇ ਖਿਆਲ ਸਨਮਾਨਤ ਵੀ ਕੀਤਾ ਗਿਆ ਮੁਲਕ ਦੀ ਸਰਕਾਰ ਦੇ ਵੱਲੋਂ ਇਸ ਵਾਸਤੇ ਕਿ ਤੁਸੀਂ ਅਵੇਅਰ ਕਰ ਰਹੇ ਹੋ ਲੋਕਾਂ ਨੂੰ ਵੋਟ ਪਾਣ ਵਾਸਤੇ ਵੋਟ ਪਾਣ ਨੂੰ ਤਾਂ ਕਹਿੰਨੇ ਹੋ ਪਰ ਕਦੇ ਸੋਚਿਆ ਕਿ ਉਹ ਪਾਣ ਕਿਨੂੰ ਰਵੈਤੀ ਪਾਰਟੀਆਂ ਦਾ ਉਸੇ ਤਰ੍ਹਾਂ ਦਾ ਸਿਸਟਮ ਚੱਲਦਾ ਆ ਰਿਹਾ ਜਿਹੜੀ ਤਬਦੀਲੀ ਦੀ ਗੱਲ ਕਰਦੇ ਕੀ ਇਹ ਸ਼ਸ਼ੋਪੰਜ ਦੀ ਸਥਿਤੀ ਨਹੀਂ ਨੌਜਵਾਨਨ ਵਾਸਤੇ ਕਿ ਉਹ ਦੇਖੇ ਕਿੱਧਰ ਇੱਕ ਪਾਸੇ ਟੋਹਾ ਦੂਜੇ ਪਾਸੇ ਖਾਈ ਹਰ ਬੰਦੇ ਲਈ ਹੈ ਜੀ ਹਰ ਬੰਦਾ ਹੈ ਕਹਿੰਦਾ ਫਿਰ ਕਿਨੂੰ ਪਾਈਏ ਤੁਸੀਂ ਦੱਸ ਦਿਓ ਮੈਂ ਜਿਹੜੇ ਸੈਮੀਨਾਰ ਲੈਣਾ ਮੈਨੂੰ ਹਰ ਕਾਲਜ ਵਾਲੇ ਬੁਲਾਉਂਦੇ ਉੱਥੇ ਹਜ਼ਾਰ ਨੌਜਵਾਨਾਂ ਵਿੱਚੋਂ 500 ਕਹਿੰਦਾ ਫਿਰ ਤੁਸੀਂ ਦੱਸ ਦਿਓ ਪਾਈਏ ਕਿਨੂੰ ਅਸੀਂ ਇੱਕੋ ਗੱਲ ਕਹਿੰਨੇ ਆ ਤਿੰਨ ਚਿਹਰੇ ਆ ਦੋ ਚਿਹਰੇ ਆ ਜਿਹੜੇ ਖੜੇ ਆ ਆਪਾਂ ਨੂੰ ਨਹੀਂ ਫਰਕ ਪੈਂਦਾ ਕਿਹੜੀ ਪਾਰਟੀ ਤੋਂ ਹੈ ਨਹੀਂ ਫਰਕ ਪੈਂਦਾ ਅੱਜ ਭਾਵੇਂ ਹੋਏ ਪਾਰ ਸਾਨੂੰ ਉਹਨਾਂ ਨੂੰ ਅਕਾਊਂਟੇਬਲ ਬਣਾਉਣਾ ਪਏਗਾ ਕੋਈ ਵੀ ਹੋਵੇ 스마트 VOTING ਕੀ ਹੈ ਅਸੀਂ ਕੀ ਹਰ ਪੋਲੀਟੀਕਲ ਕੈਂਡੀਡੇਟ ਜਦ ਇਲੈਕਸ਼ਨ ਲੜਦਾ ਹੈ ਉਹ ਆਪਣਾ ਇੱਕ ਚਿੱਠਾ ਭਰਦਾ ਹੈ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਆ ਮੇਰੇ ਤੇ ਕ੍ਰਿਮੀਨਲ ਕੇਸ ਹੈ ਆ ਮੇਰੀ ਐਜੂਕੇਸ਼ਨ ਹੈ ਆ ਸਭ ਕਿੰਨੇ ਕ ਲੋਕਾਂ ਨੇ ਅੱਜ ਤੱਕ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਖੋਲ ਕੇ ਉਹਨੂੰ ਪੜਿਆ ਹੂੰ ਉਹ ਪਬਲਿਕ ਚ ਕਾਦੇ ਲਈ ਦਿੱਤਾ ਜਾਂਦਾ ਤਾਂ ਕਿ ਪਬਲਿਕ ਪੜ੍ਹੇ ਆਪਣੇ ਕੈਂਡੀਡੇਟ ਨੂੰ ਜਾਣੇ ਪਰ ਕਿੰਨੇ ਵਾਰੀ ਅਸੀਂ ਪੜਿਆ ਵੀ ਸਾਡੇ ਕੈਂਡੀਡੇਟ ਤੇ ਕਿੰਨੇ ਕ੍ਰਿਮੀਨਲ ਕੇਸ ਹੈ ਜਾਂ ਉਹ ਕਿੰਨਾ ਪੜਿਆ ਅਸੀਂ ਪੜਦੇ ਨਹੀਂ ਨੁਕਸਾਨ ਕੀਦਾ ਸਾਡਾ ਅਸੀਂ ਪੜਦੇ ਨਹੀਂ ਸੋ ਕਿਸੇ ਨੂੰ ਵੀ ਵੋਟ ਪਾਈਏ ਪਹਿਲੇ ਉਹਦੀ ਕੁਆਲੀਫਿਕੇਸ਼ਨ ਦੇਖੀਏ ਕਿ ਕੀ ਬੇਸਿਕ ਤੁਹਾਡੇ ਕੰਮ ਕਰਨ ਯੋਗਾ ਉਹ ਹੈਗਾ ਉਸ ਤੋਂ ਬਾਅਦ ਦੇਖੀਏ ਕਿ ਕੀ ਉਹ ਕ੍ਰਿਮੀਨਲ ਹੈ ਜੇ ਤੁਹਾਨੂੰ ਲੱਗੇ ਵੀ ਉਹਤੇ ਚਾਰ-ਪੰਜ ਕ੍ਰਿਮੀਨਲ ਕੇਸਿਸ ਇਹੋ ਜਿਹੇ ਹੈ ਵੀ ਜਿਹੜੇ ਤੁਹਾਨੂੰ ਲੱਗਦਾ ਵੀ ਉਹ ਝੂਠੇ ਨਹੀਂ ਹੋ ਸਕਦੇ ਐਦਾਂ ਦਾ ਕੁਝ ਹੋ ਸਕਦਾ ਤੁਸੀਂ ਆਪਣੀ ਜਜਮੈਂਟ ਲਾਓ ਨਾ ਇਨਸਾਨ ਨੂੰ ਸੱਚ ਤੇ ਝੂਠ ਸਮਝਣਾ ਆਉਣਾ ਚਾਹੀਦਾ ਤੇ ਹਰ ਕੋਈ ਸਮਝਦਾ ਵੀ ਆ ਕੋਈ ਵੀ ਬੇਵਕੂਫ ਨਹੀਂ ਐ ਇਸ ਦੁਨੀਆ 'ਚ ਸਭ ਸਮਝ ਆਉਂਦੀ ਐ ਜੇ ਪੜੀਏ ਦਿੱਕਤ ਆਸੀਂ ਪੜਦੇ ਨਹੀਂ ਅਸੀਂ ਆਪਣੇ ਕੈਂਡੀਡੇਟ ਨੂੰ ਬਸ ਆ ਹੀ ਦੇਖਦੇ ਆ ਵੀ ਜੀ ਦਾਦੇ ਨੇ ਕਾਂਗਰਸ ਨੂੰ ਪਾਈ ਪਿਓ ਨੇ ਕਾਂਗਰਸ ਨੂੰ ਪਾਈ ਮੈਂ ਕਾਂਗਰਸ ਨੂੰ ਪਾਣੀ ਦਾਦੇ ਨੇ ਅਕਾਲੀ ਨੂੰ ਪਾਈ ਉਸਤਾ ਜੀ ਪਿੱਛੋਂ ਅਕਾਲੀ ਚੱਲੇ ਆ ਰਹੇ ਆ ਜੀ ਅੱਜ ਦਾ ਜੀ ਪਿੱਛੋਂ ਕਾਂਗਰਸ ਚੱਲੇ ਆ ਰਹੇ ਆ ਮੇਰੀ ਫੈਮਿਲੀ ਅਕਾਲੀ ਦਲ ਨੂੰ ਵੋਟ ਪਾਉਂਦੇ ਜਾਂਦੇ ਸੀ ਤੇ ਮੈਂ ਜਦ ਮੈਨੂੰ ਲੱਗਿਆ ਕਿ ਨਹੀਂ ਆ ਗੱਲ ਬਲਾਈਂਡ ਵੋਟਿੰਗ ਕਿਉਂ ਹੋ ਰਹੀ ਹੈ ਅਸੀਂ ਆਪਣੇ ਘਰੇ ਘਰ ਤਾਂ ਵੀ ਜੀ ਅਸੀਂ ਸਰੋਪੇ ਪਾਣ ਵਾਲੀਆਂ ਮੀਟਿੰਗਾਂ ਨਹੀਂ ਕਰੇ ਕਰੰਦੇਣੀਆਂ ਹੁਣ ਹਰ ਕੈਂਡੀਡੇਟ ਘਰੇ ਮੀਟਿੰਗਾਂ ਕਰਦਾ ਸਰੋਪੇ ਪਾ ਕੇ ਜਾ ਕਰੇ ਜਾ ਕੇ ਭੇਜ ਦਿੱਤਾ ਜਾਂਦਾ ਮੀ ਅਸੀਂ ਦੇਖੋ ਹਰ ਕੈਂਡੀਡੇਟ ਘਰ ਘਰ ਜਾਂਦਾ ਮੀਟਿੰਗਾਂ ਹੁੰਦੀਆਂ ਕਦੇ ਉਹਨੂੰ ਪੁੱਛੀਏ ਬਿਠਾ ਕੇ ਵੀ ਚੱਲ ਭਾਈ ਰੋਡ ਮੈਪ ਦੱਸ ਚੱਲ ਆਜ ਕੰਮ ਕਰਨ ਵਾਲੇ ਆ ਦੱਸ ਕਿੱਦਾਂ ਕਰੇਗਾ ਕੀ ਪਲਾਨ ਕੀ ਹੈ ਨਹੀਂ ਜੀ ਅਸੀਂ ਜੇ ਕਰੇ ਕਿ ਜਾਣਿਆ ਜੀ ਅਸੀਂ ਨਾਲ ਆਦੇ ਚਲੋ ਜੀ ਅਗਲੇ ਘਰ ਤੇ ਐਸੇ ਜੋਗੇ ਰਹਿ ਗਏ ਹਾਂ ਅਸੀਂ ਇਲੈਕਸ਼ਨਾਂ ਦੇ ਵਿੱਚ ਆ ਚੀਜ਼ਾਂ ਕਰਨ ਵਾਲੀਆਂ ਮੈਂ ਐਸੇ ਲਈ ਇਲੈਕਸ਼ਨਾਂ ਤੇ ਬਾਰ-ਬਾਰ ਜ਼ੋਰ ਪਾ ਰਾਂ ਕਿ ਉਸੇ ਅਸੀਂ ਵੱਧ ਰਹੇ ਹਾਂ 6 ਮਹੀਨੇ ਚ ਅਗਲੇ ਅਗਲੇ 6 ਮਹੀਨੇ ਚੋਂ ਸਾਨੂੰ ਬਦਲਣਾ ਪਊਗਾ ਚੀਜ਼ਾਂ ਨੂੰ ਜੇਸੀ ਬਦਲ ਲਈਆਂ ਤਾਂ ਬਥੇਰਾ ਕੁਝ ਬਦਲ ਜਾਣਾ ਕਿਸੇ ਨੂੰ ਵੀ ਵੋਟ ਪਾਈਏ ਸਵਾਲ ਕਰਨਾ ਪਊਗਾ ਸਵਾਲ ਕਰਨਾ ਪਊ ਕਿਸੇ ਨੂੰ ਵੀ ਵੋਟ ਪਾਈਏ ਕਿਸੇ ਵੀ ਪੋਲੀਟਿਕਨਰ ਪਰ ਕੀ ਹੁਣ ਦਾ ਮੌਜੂਦਾ ਨਿਜ਼ਾਮ ਜਿਹੜਾ ਕੇਂਦਰ ਦਾ ਤੁਹਾਨੂੰ ਲੱਗਦਾ ਹੈ ਕਿ ਉਹ ਸਵਾਲ ਕਰਨ ਦੇ ਰਿਹਾ ਤੁਸੀਂ ਕਿਸਾਨ ਅੰਦੋਲਨ ਨੂੰ ਬਹੁਤ ਨੇੜੇੋਂ ਦੇਖਿਆ 6 ਮਹੀਨੇ ਤੋਂ ਉੱਥੇ ਬੈਠੇ ਹਾਂ ਸੇਵਾ ਕਰ ਰਹੇ ਹਾਂ ਇਸ ਪੂਰੇ ਸਿਸਟਮ ਚ ਕਦੇ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਸਾਨੂੰ ਤਾਂ ਸਵਾਲ ਵੀ ਨਹੀਂ ਕਰਨ ਦਿੱਤਾ ਜਾਂਦਾ ਅੱਜ ਪਤਾ ਉਹ ਕਿਉਂ ਸਾਨੂੰ ਦੱਬ ਰਿਹਾ ਹੈ ਉਹ ਸਾਨੂੰ ਐਸੇ ਲਈ ਦੱਬ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਦੀ ਗਿਣਤੀ ਘੱਟ ਹੈ ਦੱਬ ਲਾਂਗੇ ਕਿਸੇ ਨੇ ਵਿਰੋਧ ਨਹੀਂ ਕਰਨਾ ਮੰਨ ਲਓ ਜੇ ਅੱਜ 1000 2000 ਲੱਖ 10 ਲੱਖ ਵੀ ਹਾਂ ਅਸੀਂ ਅਦੇ 10 ਲੱਖ ਵੀ ਆ ਮੰਨ ਲਓ 1 ਕਰੋੜ ਵੀ ਆ ਜਿੱਦ ਦਿਨ ਸਾਡੇ ਚੋਂ ਇੱਕ ਤੇ ਸਵਾਲ ਚੁੱਕਿਆ ਜਾਂਦਾ ਹੈ ਬਾਕੀ ਡਰ ਕੇ ਘਰੇ ਬਹਿ ਜਾਂਦੇ ਆ ਜਿੱਦ ਦਿਨ ਇੱਕ ਦੀ ਫੇਸਬੁੱਕ ਆਈਡੀ ਇੰਸਟਾਗ੍ਰਾਮ ਆਈਡੀ ਬੰਦ ਹੁੰਦੀ ਹੈ ਕਿ ਬਾਕੀ ਉਹਨੇ ਸੜਕਾਂ ਤੇ ਆ ਕੇ ਆਵਾਜ਼ ਚੁੱਕਦੇ ਆ ਸੱਚ ਨੂੰ ਦਬਾਣਾ ਅੱਜ ਕੋਈ ਨਵੀਂ ਗੱਲ ਨਹੀਂ ਹੋ ਰਹੀ ਪਹਿਲਾਂ ਮੁਗਲਾਂ ਨੇ ਦਬਾਇਆ ਫਿਰ ਅੰਗਰੇਜ਼ਾਂ ਨੇ ਦਬਾਇਆ ਫਿਰ ਮੁੜ ਕੇ ਸਾਡੀਆਂ ਸਰਕਾਰਾਂ ਨੇ ਦਬਾਇਆ ਹੁਣ ਵੀ ਦਬਾ ਰਹੀਆਂ ਅੱਜ ਪਹਿਲੀ ਵਾਰੀ ਤਾਂ ਨਹੀਂ ਹੋ ਰਿਹਾ ਮੀਡੀਆ ਸੈਂਸਰਸ਼ਿਪ ਤਾਂ ਅਸੀਂ 75 'ਚ ਵੀ ਵੇਖੀ ਫਿਰ 84 'ਚ ਵੀ ਵੇਖੀ ਅੱਜ ਤਾਂ ਸਭ ਨੂੰ ਸਾਡੇ ਕੋਲ ਫਾਇਦਾ ਆਇਆ ਹੈਗਾ ਕਿ ਪਹਿਲਾਂ ਸਿਰਫ ਸਰਕਾਰੀ ਚੀਜ਼ਾਂ ਸੀਗੀਆਂ ਪਹਿਲਾਂ ਇਕੱਲਾ ਦੂਰਦਰਸ਼ਨ ਸੀ ਜਦ ਅਸੀਂ ਪੰਜਾਬ ਦੇ ਪੁਰਾਣੇ ਵੇਲੇ ਆ ਜਾਈਏ ਤਾਂ ਇਕੱਲਾ ਦੂਰਸ਼ਣ ਤੇ ਇਕੱਲੀਆਂ ਅਖਬਾਰਾਂ ਸੀ ਅੱਜ ਸਾਡੇ ਕੋਲ ਸਾਡੇ ਆਪਣੇ ਬਣਾਏ ਹੋਏ ਚੈਨਲ ਹੈ ਹਰ ਬੰਦਾ ਪੱਤਰ ਹਰ ਬੰਦੇ ਕੋਲੇ ਫੋਨ ਹੈ ਹਰ ਬੰਦਾ ਆਪਣੀ ਆਵਾਜ਼ ਚੱਕ ਸਕਦਾ ਤੇ ਜੇ ਇੱਕ ਚੈਨਲ ਬੰਦ ਹੁੰਦਾ ਨਵਾਂ ਸ਼ੁਰੂ ਕਰ ਲੋ ਸੱਚ ਦੀ ਆਵਾਜ਼ ਬੁਰਾਈ ਦੀ ਜਿੱਤ ਲਈ ਜ਼ਰੂਰ ਇੱਕੋ ਚੀਜ਼ ਜ਼ਰੂਰੀ ਹੈ ਕਿ ਚੰਗੇ ਲੋਕ ਚੁੱਪ ਕਰ ਜਾਣ ਬੁਰਾਈ ਆਪੇ ਜਿੱਤੇ ਜੋਗੀ ਅੱਜ ਪਾਪ ਵੱਡਾ ਇਸ ਲਈ ਦਿਖ ਰਿਹਾ ਕਿ ਚੰਗੇ ਲੋਕ ਡਰੇ ਹੋਏ ਆ ਕਿ ਕਿਤੇ ਮੇਰੀ ਵੀ ਆਈਡੀ ਬੰਦ ਨਾ ਹੋ ਜੇ ਜੇ ਆਪ ਡਰੇ ਰਹੇ ਕਿੰਨੀ ਕਬੱਡੀ ਗੱਲ ਆਈਡੀ ਬੰਦ ਹੋ ਜੂਗੀ ਉਹ ਤਾਂ ਦਬਾਨ ਗਈ ਇਹ ਤਾਂ ਕੋਈ ਪਾਪੀ ਦੇ ਤਾਂ ਸੇਮ ਹੀ ਰਹਿੰਦਾ ਬਿਹੇਵੀਅਰ ਜ਼ਾਲਮ ਦੀਆਂ ਅਜੇ ਵੀ ਉਹੋ ਹੀ ਆਦਤਾਂ ਨੇ ਤਾਂ ਹੀ ਇਹ ਪੇਜ ਸਾਡੇ ਅੱਜ ਵੀ ਸ਼ਹਾਦਤਾਂ ਨੇ ਜ਼ਾਲਮ ਦੀਆਂ ਆਦਤਾਂ ਵਜ਼ੀਰ ਖਾਨ ਵੇਲੇ ਤੋਂ ਉਹੋ ਹੀ ਆ ਕੁਝ ਨਹੀਂ ਬਦਲਿਆ ਤੇ ਅਸੀਂ ਉਹ ਤੋਂ ਐਕਸਪੈਕਟ ਵੀ ਨਹੀਂ ਕਰ ਸਕਦੇ ਵੀ ਉਹ ਬਦਲੂਗਾ ਕਿਉਂਕਿ ਜ਼ਾਲਮ ਜ਼ਾਲਮ ਹੀ ਰਹਿੰਦਾ ਚੰਗਿਆਂ ਨੇ ਉਹਦਾ ਟਾਕਰਾ ਕਿਵੇਂ ਕਰਨਾ ਹੈ ਉਹ ਸਿਸਟਮ ਬਦਲਣੇ ਪੈਣਗੇ ਸਾਨੂੰ ਉਹ ਸਿਸਟਮ ਬਦਲਨੇ ਪੈਣਗੇ ਤੇ ਨੌਜਵਾਨੀ ਬਦਲ ਰਹੀ ਹੈ ਤੇ ਬਦਲ ਕੇ ਦਿਖਾਉਗੀ ਮੈਨੂੰ ਬੜਾ ਮਾਣ ਹੈ ਨੌਜਵਾਨਾਂ ਤੇ ਪੰਜਾਬ ਦੇ ਤੇ ਖਾਸ ਤੌਰ ਤੇ ਇੰਡੀਆ ਦੇ ਉਹ ਨੌਜਵਾਨ ਜਿਹੜੇ ਰਾਜਨੀਤੀ ਨੂੰ ਸਮਝੇ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਬਥੇਰਾ ਕੁਝ ਬਦਲਦਾ ਵੇਖਿਆ ਸਿਆਸਤ ਚਾਉਣਾ ਪਊਗਾ ਸਿਆਸਤ ਚ ਆਉਣਾ ਵੀ ਪਊਗਾ ਤੇ ਸਿਆਸਤ ਨੂੰ ਜਿਹੜੇ ਨਹੀਂ ਵੀ ਆਉਣਾ ਚਾਹੁੰਦੇ ਮੈਂ ਇਹ ਗੱਲ ਕਰ ਰਹਾ ਕਿ ਜ਼ਰੂਰੀ ਨਹੀਂ ਹਰ ਬੰਦਾ ਸਿਆਸਤ ਛਾਏ ਪਰ ਜਿਹੜੇ ਨਹੀਂ ਵੀ ਆਉਣਾ ਚਾਹੁੰਦੇ ਉਹਨਾਂ ਨੂੰ ਸਮਝਣਾ ਪਏਗਾ ਕਿ ਐਕਟਿਵ ਪੋਲਿਟਿਕਸ ਦੇ ਵਿੱਚ ਜਾਣ ਦਾ ਮਤਲਬ ਸਿਰਫ ਚੋਣਾ ਲੜਨਾ ਨਹੀਂ ਹੁੰਦਾ ਜੇ ਤੁਸੀਂ ਲੋਕਾਂ ਨੂੰ ਜੇ ਮੈਂ 1000 ਬੰਦੇ ਨੂੰ ਸਹੀ ਵੋਟ ਪਾਣੀ ਸਿਖਾਤੀ ਬਾਬਿਆਂ ਦੇ ਪਿੱਛੇ ਲਾ ਕੇ ਵੋਟ ਪਾਣ ਤੋਂ ਦੂਰ ਕਰਤਾ ਕਿਸੇ ਦੀ ਭਗਤੀ ਕਰਨ ਤੋਂ ਦੂਰ ਕਰਤਾ ਤਾਂ ਉਹ ਵੀ ਰਾਜਨੀਤੀ ਚ ਇੰਪੈਕਟ ਹੈ ਅਸੀਂ ਉਸ ਇੰਪੈਕਟ ਨੂੰ ਕਾਊਂਟ ਨਹੀਂ ਕਰਦੇ ਅਸੀਂ ਕਹਿੰਨੇ ਆ ਵੀ ਆ ਤਾਂ ਰਾਜਨੀਤੀ ਚ ਆ ਜਾਂ ਤਾਂ ਕਰੇ ਬੈ ਗੱਲਾਂ ਨਾ ਕਰਨ ਇਹ ਗਲਤ ਆ ਗੱਲਾਂ ਕਰਨੀਆਂ ਪੈਣਗੀਆਂ ਗੱਲ ਕਰਾਂਗੇ ਤਾਂ ਗੱਲ ਬਣੇਗੀ ਗੱਲ ਕਰਨ ਨਾਲ ਹੱਲ ਹੋਣਾ ਸਾਨੂੰ ਨੈਰੇਟਿਵ ਬਦਲਣੇ ਪੈਣੇ ਆ ਪੰਜਾਬ ਦੇ ਹਰ ਬੱਚੇ ਨੂੰ ਇੱਕ ਕੈਂਪੇਨਿੰਗ ਵਾਲਾ ਮੈਨੇਜਰ ਬਣਨਾ ਪੈਣਾ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਪੰਜਾਬ ਦੇ ਹਿੱਤਾਂ ਦਾ ਅੱਜ ਫਿਰ ਮੂਡ ਸਟੇਟ ਰਾਈਟਸ ਦੀ ਗੱਲਾਂ ਚੱਕਣੀਆਂ ਪੈਣੀਆਂ ਉਹ ਚੱਕਣੀਆਂ ਕਿਵੇਂ ਉਹ ਕਨਵਰਸੇਸ਼ਨਸ ਤੋਂ ਹੀ ਹੋਣੇ ਜਿਵੇਂ ਕਿਸਾਨ ਅੰਦੋਲਨ ਚ ਕੀਤਾ ਕਿਸੇ ਨੇ ਕਿਸੇ ਨੂੰ ਪੇ ਥੋੜੀ ਕੀਤਾ ਹਰੇਕ ਨੇ ਆਪਣੀ ਮੋਰਲ ਡਿਊਟੀ ਸਮਝੀ ਕਿ ਅੱਜ ਸਾਨੂੰ ਇਸ ਪਿੱਛੇ ਲੜਨਾ ਪੈਣਾ ਅਸੀਂ ਟਵਿੱਟਰ ਦੀਆਂ ਵਾਰਸ ਕੀਤੀਆਂ ਇੰਸਟਾਗ੍ਰam ਤੇ ਕਿੰਨੇ ਐਕਟਿਵ ਹੋਏ ਹੈ ਬਹੁਤ ਸਾਰੇ ਨਵੇਂ ਜਰਨਲਿਸਟ ਪੈਦਾ ਕੀਤੇ ਇਸ ਅੰਦੋਲਨ ਨੇ ਬਹੁਤ ਕਮਾਲ ਦੇ ਜਿਹੜੇ ਚੰਗਾ ਕੰਮ ਕਰਨ ਵਾਲੇ ਮੈਂ ਦੇਖ ਰਿਹਾ ਸੀ ਅਸੀਸ ਕੋਰ ਇੱਕ ਨਾਮ ਮੇਰੇ ਜ਼ੈਨ ਦੇ ਵਿੱਚ ਆ ਰਿਹਾ ਮੈਂ ਲਗਾਤਾਰ ਫੋਲੋ ਕੀਤਾ ਤਾਂ ਮੈਂ ਦੇਖਿਆ ਕਿ ਕਿੰਨੀ ਖੂਬਸੂਰਤੀ ਨਾਲ ਉਸ ਲੜਕੀ ਨੇ ਪੂਰੇ ਅੰਦੋਲਨ ਦੇ ਵਿੱਚ ਦਿਖਾਇਆ ਔਰ ਇਹੋ ਜੇ ਹੋਰ ਬਹੁਤ ਸਾਰੇ ਨੌਜਵਾਨ ਨੇ ਇਹ ਬਹੁਤ ਬੱਚਿਆਂ 'ਚ ਜਜ਼ਬਾ ਤੇ ਬੜੀ ਕਮਾਲ ਦੀ ਗੱਲ ਹੈ ਕਿ ਇੰਦੀ ਇੰਟਰਨੈਸ਼ਨਲ ਵਿਜ਼ਿਬਿਲਿਟੀ ਬੜੀ ਹੈ ਜਦਕਿ ਯੰਗਸਟਰ ਗੱਲ ਕਰਦਾ ਨਾ ਉਹਦੀ ਆਵਾਜ਼ ਇੰਟਰਨੈਸ਼ਨਲੀ ਬੜੀ ਵੱਡੀ ਪਹੁੰਚਦੀ ਹੈ ਬੜਾ ਫਰਕ ਹੈ ਇੱਕ ਰਾਜਨੇਤਾ ਗੱਲ ਕਰੇ ਇੱਕ ਧਾਰਮਿਕ ਆਗੂ ਗੱਲ ਕਰੇ ਤੇ ਇੱਕ ਨੌਜਵਾਨ ਗੱਲ ਕਰੇ ਜਦ ਕੋਈ ਨੌਜਵਾਨ ਜਿਹਦਾ ਕੋਈ ਪਰਸਨਲ ਬੈਨੀਫਿਟ ਨਹੀਂ ਹੈ ਕੋਈ ਰਾਜਨੇਤਾ ਗੱਲ ਕਰਦਾ ਤਾਂ ਲੱਗਦਾ ਵੀ ਇਹਦਾ ਪਰਸਨਲ ਬੈਨੀਫਿਟ ਹੈ ਕੋਈ ਐਕਟਰ ਗੱਲ ਕਰਦਾ ਤਾਂ ਲੱਗਦਾ ਵੀ ਇਹਦਾ ਪਰਸਨਲ ਬੈਨੀਫਿਟ ਹੈ ਕੋਈ ਧਾਰਮਿਕ ਆਗੂ ਗੱਲ ਕਰਦਾ ਤਾਂ ਲੱਗਦਾ ਵੀ ਇਹਦਾ ਇਹਨੂੰ ਪੈਸਾ ਆ ਰਿਹਾ ਹੋਣਾ ਬਾਹਰੋਂ ਪਰ ਜਦ ਕੋਈ ਨੌਜਵਾਨ ਗੱਲ ਕਰਦਾ ਨਾ ਤਾਂ ਦੁਨੀਆ ਸੁਣਦੀ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਜਿੱਦ ਦਿਨ ਨੌਜਵਾਨ ਅਸੀਸ ਕੋਰ ਦੀ ਇੱਕ ਐਗਜ਼ਾਮਪਲ ਤੁਸੀਂ ਦਿੱਤੀ ਉਸ ਭੈਣ ਦੇ ਫਾਦਰ ਦੀ ਡੈਥ ਹੋਈ ਕੋਵਿਡ ਦੇ ਵਿੱਚ ਉਹਨਾਂ ਨੇ ਫਿਰ ਵੀ ਕੰਮ ਕਰਨਾ ਨਹੀਂ ਛੱਡਿਆ ਇਦਾਂ ਦੇ ਬੜੇ-ਬੜੇ ਨੌਜਵਾਨ ਆ ਜਿਨ੍ਹਾਂ ਨੇ ਆਪਣੇ ਗਵਾਏ ਭਾਵੇਂ ਕਿਸਾਨੀ ਅੰਦੋਲਨ ਹੋਵੇ ਤੇ ਭਾਵੇਂ ਰੀਸੈਂਟ ਟਾਈਮਸ ਕੋਵਿਡ ਦਾ ਹੋਵੇ ਭਾਵੇਂ ਸੀਏ ਵਾਲੇ ਚਲੇ ਜਾਈਏ ਭਾਵੇਂ ਜਦ ਕਾਲਜਾਂ ਤੇ ਹਮਲੇ ਹੋਏ ਉਦੋਂ ਚਲੇ ਜਾਈਏ ਨੌਜਵਾਨੀ ਸੀਗੇ ਜਿਨ੍ਹਾਂ ਨੇ ਇੰਟਰਨੈਸ਼ਨਲੀ ਸਰਕਾਰਾਂ ਦੀ ਦਿਖਾਇਆ ਵੀ ਆ ਸਰਕਾਰਾਂ ਕਰ ਰਹੀਆਂ ਤੇ ਸਿਰਫ ਇੰਡੀਆ ਚ ਨਹੀਂ ਹੋਇਆ ਔਰ ਇਸ ਦੌਰ ਚ ਕਿੰਨੇ ਨੌਜਵਾਨਾਂ ਦੇ ਚਿਹਰੇ ਅੱਗੇ ਆਏ ਔਰ ਕਿੰਨੇ ਨੌਜਵਾਨ ਮਕਬੂਲ ਹੋਏ ਬਿਲਕੁਲ ਭਾਵੇਂ ਵਿਚਾਰਧਾਰਾ ਕੋਈ ਵੀ ਹੋਵੇ ਕੋਈ ਪੰਥਕ ਹੋਵੇ ਕਾਮਰੇਡ ਹੋਵੇ ਕੋਈ ਵੀ ਹੋਵੇ ਲੇਕਿਨ ਉਹ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਆਏ ਕਨੂ ਪ੍ਰਿਆ ਹੋਵੇ ਚਾਹੇ ਰੁਪਿੰਦਰ ਹੋਵੇ ਬਹੁਤ ਸਾਰੇ ਨੌਜਵਾਨ ਮੂਰੇ ਆਏ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਉਹ ਆਖਰ ਦੇ ਵਿੱਚ ਮੇਰਾ ਇਹ ਸਵਾਲ ਅਕਸਰ ਰਹਿੰਦਾ ਸਾਰਿਆਂ ਨੂੰ ਜਦੋਂ ਮੈਂ ਸ਼ੋਅ ਦੇ ਵਿੱਚ ਯੰਗਸਟਰਸ ਦੇ ਵਿੱਚ ਨੌਜਵਾਨਾਂ ਨੂੰ ਪੁੱਛਦਾ ਕਿ ਹਾਈਪੋਥੈਟিক্যাল ਸਵਾਲ ਹੈ ਜਿਸ ਤਰ੍ਹਾਂ ਨਾਇਕ ਫਿਲਮ ਤੁਸੀਂ ਦੇਖੀ ਕਿ ਜੇ ਇੱਕ ਦਿਨ ਦਾ ਮੁੱਖ ਮੰਤਰੀ ਗੌਰਵਦੀਪ ਸਿੰਘ ਸਵੇਰੇ ਬਣਦੇ ਆ ਤਾਂ ਪਹਿਲੀਆਂ ਚੇਂਜਸ ਜਿਹੜੀਆਂ ਪ੍ਰਾਇਰਟੀ ਤੇ ਉਹ ਕੀ ਕਰਦੇ ਹੋ ਪੰਜਾਬ ਸਭ ਤੋਂ ਪਹਿਲੀ ਚੀਜ਼ ਜਿਹੜੀ ਕਰਨਾ ਲਈ ਹੈ ਵਾਪਸ ਮੋੜ ਬੇਸਿਕ ਤੇ ਜਾਵਾਂਗੇ ਜੀ ਜਿੱਦਣ ਕਿਤੇ ਰਾਜਨੀਤੀ ਦੇ ਵਿੱਚ ਇੰਪੈਕਟ ਕਰਨ ਦਾ ਮੌਕਾ ਮਿਲਿਆ ਵਾਪਸ ਬੇਸਿਕਸ ਤੇ ਜਾਵਾਂਗੇ ਕਿ ਸਾਡੇ ਬਜਟ ਪ੍ਰਾਇੋਰਟਾਈਜ਼ ਹੋਣੇ ਚਾਹੀਦੇ ਆ ਬਜਟ ਪ੍ਰਾਇੋਰਟਾਈਜ਼ ਕਰਕੇ ਜਿਹਦੇ ਦਮ ਤੇ ਅਸੀਂ ਟੈਕਸ ਲੈਨੇ ਆ ਬੰਦੇ ਨੂੰ ਬੇਸਿਕ ਵੈਲਫੇਅਰ ਦੇਣ ਦਾ ਉੱਤੇ ਵਾਪਸ ਜਾਵਾਂਗੇ ਉਹਨਾਂ ਦੇ ਹੈਲਥ ਬੀਮੇ ਉਹਨਾਂ ਦੀ ਹੈਲਥ ਦੀਆਂ ਫੈਸਿਲਿਟੀਆਂ ਉਹਨਾਂ ਦੀ ਐਜੂਕੇਸ਼ਨ ਦੀਆਂ ਫੈਸਿਲਿਟੀਆਂ ਜਿੱਦਣ ਇਨਸਾਨ ਨੂੰ ਉਹਦੀ ਸਿਕਿਉਰਿਟੀ ਮਿਲ ਗਈ ਨਾ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਿਉਂ ਕਰਦੇ ਆ ਅਸੀਂ ਕਹਿੰਨੇ ਆ ਜੀ ਉੱਥੇ ਤਾਂ ਜੀਵ ਸਰਕਾਰ ਸਾਡੇ ਤੋਂ ਪੈਸਾ ਲੈਂਦੀ ਆ ਜਿਹੜੇ ਪ੍ਰਧਾਨ ਮੰਤਰੀ ਦੇ ਖਾਤੇ ਖੁੱਲੇ 333 ਰੁਪਏ ਦਾ ਇਹਨਾਂ ਨੇ ਸਾਡੇ ਤੋਂ ਲਾਈਫ ਹੈਲਥ케어 ਇੰਸ਼ੋਰੈਂਸ ਲਈ ਇਹ ਹਰ ਬੰਦੇ ਦੇ ਖਾਤੇ ਦੇ ਵਿੱਚ ਉਹਨਾਂ ਨੇ ਕੱਟੀ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝੀਏ ਜੇ ਅਸੀਂ ਹੈਲਥ ਦੇ ਐਜੂਕੇਸ਼ਨ ਦਾ ਸਮਝੀਏ ਕਿ ਪ੍ਰਾਈਵੇਟ ਪਬਲਿਕ ਪਬਲਿਕ ਐਜੂਕੇਸ਼ਨ ਹਰ ਬੱਚੇ ਦਾ ਫਰਜ਼ ਹੈ ਤੇ ਪਬਲਿਕ ਐਜੂਕੇਸ਼ਨ ਸ਼ੁੱਡ ਬੀ ਦ ਫਰਸਟ ਐਜੂਕੇਸ਼ਨ ਪ੍ਰਾਈਵੇਟ ਤੇ ਤਾਂ ਬੱਚਾ ਤਾਂ ਜਾਏ ਜੇ ਉਹਨੂੰ ਕੋਈ ਨੇੜੇ-ਤੇੜੇ ਪਬਲਿਕ ਸਕੂਲ ਨਹੀਂ ਮਿਲ ਰਹਾ ਮੁੜ ਕੇ ਉੱਥੇ ਆਉਣਾ ਜ਼ਰੂਰੀ ਹੈ ਜਿੱਦ ਦਿਨ ਉਹ ਹੋ ਗਿਆ ਦੇਸ਼ ਦੇ ਲੋਕ ਸਿਕਿਉਰ ਹੋ ਗਏ ਆਪਣੇ ਸਿੱਖਿਆ ਤੇ ਆਪਣੀ ਸਿਹਤ ਦੇ ਲਈ ਉਹ ਦਿਨ ਬਥੇਰਾ ਕੁਝ ਲੋਕ ਆਪੇ ਹੀ ਕਰ ਲੈਣਗੇ ਅਸੀਂ ਇਹਨਾਂ ਚੀਜ਼ਾਂ ਚੁੱਲਦੇ ਰਹਿ ਜਾਨੇ ਹੁਣ ਹੈਲਥ ਦੇ ਲਈ ਪੈਸੇ ਜੋੜੀਏ ਬੱਚੇ ਦੀ ਪੜ੍ਹਾਈ ਲਈ ਪੈਸੇ ਜੋੜੀਏ ਜਿਸ ਦਿਨ ਉਹ ਹੋ ਗਿਆ ਨਾ ਬਾਕੀ ਪੰਜਾਬ ਨੇ ਆਪੇ ਹੀ ਸਭ ਕੁਝ ਕਰ ਲੈਣਾ ਬਹੁਤ ਧੰਨਵਾਦ ਗੌਰਵਦੀਪ ਸਿੰਘ ਤੁਸੀਂ ਆਏ ਔਰ ਯੰਗਸਟਰਸ ਦੇ ਸ਼ੋਅ ਦੇ ਵਿੱਚ ਸ਼ਾਮਲ ਹੋਏ ਧੰਨਵਾਦ ਜੀ ਸੋ ਬਹੁਤ ਜ਼ਰੂਰੀ ਹੈ ਕਿ ਇਹਨਾਂ तमाम ਚੀਜ਼ਾਂ ਨੂੰ ਸਮਝਿਆ ਜਾਵੇ ਔਰ ਯੂਥ ਦੀ ਪਾਵਰ ਜਿਸ ਤਰੀਕੇ ਨਾਲ ਗੌਰਵਦੀਪ ਸਿੰਘ ਨੇ ਸਮਝਾਈ ਕਿ ਕਿਵੇਂ ਭਾਵੇਂ ਉਹ ਸੋਸ਼ਲ ਮੀਡੀਆ ਪਲੈਟਫਾਰਮਸ ਹੋਣ ਇੰਸਟਾਗ੍ਰam ਟਵਿੱਟਰ ਹੋਣ ਚਾਹੇ ਗਰਾਉਂਡ ਤੇ ਕੰਮ ਕੀਤਾ ਇੱਕ ਤਬਦੀਲੀ ਜਿਹੜੀ ਆਈ ਹੈ ਔਰ ਇਹਨੂੰ ਰਾਈਟ ਵੇਚ ਕਿਵੇਂ ਐਨਲਾਈਜ਼ ਕੀਤਾ ਜਾ ਸਕਦਾ ਹੈ ਇਹ ਇੱਕ ਬਹੁਤ ਵੱਡੀ ਐਗਜ਼ੈਂਪਲ ਦੀ ਇਹਨਾਂ ਨੇ ਗੱਲ ਕੀਤੀ ਮੈਨੂੰ ਲੱਗਦਾ ਕਿ ਇਸ ਪੂਰੀ ਇੰਟਰਵਿਊ ਦਾ ਜੇ ਨਿਚੋੜ ਕੱਢਿਆ ਜਾਵੇ ਤਾਂ ਇਹ ਹੈ ਕਿ ਟ੍ਰੈਂਡ ਸੈਟਰ ਇੱਕ ਹੁੰਦੇ ਆ ਦੂਜੇ ਟ੍ਰੈਂਡ ਨੂੰ ਫਾਲੋ ਕਰਦੇ ਆ ਜੇ ਨੌਜਵਾਨ ਟ੍ਰੈਂਡ ਨੂੰ ਫਾਲੋ ਕਰਦੇ ਤੁਸੀਂ ਰਾਈਟ ਟ੍ਰੈਂਡਸ ਦੇ ਦੇਵੋਗੇ ਤਾਂ ਉਹ ਕਿਸਾਨੀ ਦੀ ਵੀ ਗੱਲ ਕਰਨਗੇ ਉਹ ਪ੍ਰਧਾਨ ਮੰਤਰੀ ਨੂੰ ਵੀ ਸਵਾਲ ਕਰਨਗੇ ਉਹ ਆਪਣੇ ਮਨ ਕੀ ਬਾਤ ਦੀਆਂ ਚਿੱਠੀਆਂ ਲਿਖ ਕੇ ਵੀ ਦੇਣਗੇ ਇਹ ਬਹੁਤ ਖੂਬਸੂਰਤ ਗੱਲ ਹੋਈ ਹੈ ਇਸ ਪੇਸ਼ਕਸ਼ ਚ ਨਾ ਹੀ ਹੋਰ ਯੰਗਸਟਰਸ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਵਾਂਗੇ ਧੰਨਵਾਦ